ਸਰਕਾਰ ਸੁੱਤੀਆਂ ਪਈਆਂ ਸੀ ਰਾਸ਼ਨ ਭੇਜਿਆ ਉਹ ਕਿਸ ਨੇ ਉਡਾਇਆ ਕੀ ਕੀਤਾ ਮੈਂ ਉਸ ਵੱਲੇ ਨਹੀਂ ਜਾਣਾ ਚਾਹੁੰਦਾ ਸਾਡੇ ਕੋਲ ਪਹੁੰਚ ਏਰੀਆ ਚੋਂ 7 7 7 8 ਕਿਲੋਮੀਟਰ ਤੋਂ ਲੋਕੀ ਸਮਾਨ ਲੈਣ ਆਉਂਦੇ ਨੇ ਇੱਥੇ ਜਿਹੜਾ ਮਰਜ਼ੀ ਆਵੇ ਹਰ ਇੱਕ ਕਿਸਮ ਦਾ ਇੱਥੇ ਕੀ ਰੱਟੀ ਜਿਹੜਾ ਇਹ ਕੰਮ ਕਰਦੀ ਹੈ ਇਹਦਾ ਜਿਵੇਂ ਹੁਣ ਮਹੀਨੇ 'ਚ 25 ਆ 30 ਲੱਗਦੀ ਸੇਲ ਹੁੰਦੀ ਉਹਦਾ ਜਿਹੜਾ ਵੀ 1/2% ਹੁੰਦਾ ਉਹ ਜ਼ਰੂਰਤਪਨ ਮਰੀਜ਼ਾਂ ਲਈ ਐਨਜੀਓ ਨੂੰ ਜਾਂਦਾ ਹੁਣ 1 ਜਨਵਰੀ ਤੋਂ ਪੱਕਿਆਂ 'ਚ ਜਾ ਰਿਹਾ ਚੈੱਕ ਰਾਈ ਇੱਥੇ ਆਣਦੇ ਦੋ ਫਾਇਦੇ ਇੱਕ ਪੰਥ ਦੋ ਕਾਜ ਨੇ ਇੱਕ ਤਾਂ ਤੁਸੀਂ ਸਮਾਨ ਲੈ ਜਾਂਨੇ ਤੁਹਾਡੇ ਪੈਸੇ ਵੀ ਵਜਦੇ ਉਸ ਤੋਂ ਬਾਅਦ ਜੇ 100 ਰੁਪਿਆ ਥੱਲੇ ਚਲੋ ਕਮਾ ਵੀ ਰਹੇ ਆ ਮੰਨ ਲਓ ਉਹਦੇ ਚੋਂ ਡੋਨੇਸ਼ਨ ਜਾ ਰਹੀ ਹੈ ਉਹਦਾ ਲੇਖਾ ਵੀ ਤਾਂ ਤੁਹਾਨੂੰ ਗਾਹ ਗਾਹਕ ਨੂੰ ਮਿਲਣਾ ਹੈ ਨਾ ਬੀਜੇਪੀ ਪੰਜਾਬ ਦੀ ਜਿਹੜਾ ਕਾਰਜਕਰਤਾ ਕੰਮ ਕਰਨ ਵਾਲਾ ਉਹਨਾਂ ਨੂੰ ਸਾਈਡ ਤੇ ਛੱਡ ਦਿੱਤਾ ਜਾਂਦਾ ਹੈਗਾ ਜਿਹੜੇ ਚਮਚੇ ਨੇ ਅੱਜ ਮੈਂ ਖੁੱਲ ਕੇ ਬੋਲ ਰਿਹਾ ਕੱਲ ਭਾਵੇਂ ਕੋਈ ਐਕਸ਼ਨ ਕਿਸੇ ਨੇ ਲੈਣਾ ਲਈ ਜਾਵੇ ਮੈਂ ਤਾਂ ਜਿਹੜੇ ਚਮਚੇ ਨੇ ਜਿਹੜੇ ਹੋਲਡਿੰਗ ਲਵਾ ਦਿੰਦੇ ਨੇ ਜਾਂ ਕੋਈ ਖਰਚਾ ਕਰਦੇ ਨੇ ਉਹਨਾਂ ਨੂੰ ਮੂਰੇ ਲਿਆ ਜਾਂਦਾ ਬਦਕਿਸਮਤੀ ਇਹ ਰੇ ਪਹਿਲਾਂ ਸਾਡਾ ਰਿਲਾਇੰਸ ਰਿਆ ਅਕਾਲੀਆਂ ਨਾਲ ਉਹਨਾਂ ਨੇ ਸਾਨੂੰ ਦਬਾ ਕੇ ਰੱਖਿਆ ਸਾਡਾ ਲੀਡਰ ਕੋਈ ਬੋਲਿਆ ਹੀ ਨਹੀਂ ਹੈਗਾ ਜਿਵੇਂ ਉਹ ਪਾੜਾ ਪੜਦੇ ਸੀ ਪੜ ਲੈਂਦੇ ਸੀਗੇ ਲੋਕਾਂ ਦਾ ਕੰਮ ਹੋਇਆ ਨਹੀਂ ਅੱਜ ਕਹਿੰਦੇ ਸੀ ਇਕੱਲੇ ਲੜਨਾ ਅੱਜ ਕਿਸਾਨ ਜੇ ਉੱਥੇ ਬੈਠਿਆ ਹੈਗਾ ਕਿਹੜਾ ਬੀਜੇਪੀ ਲੀਡਰ ਉਹਨਾਂ ਕੋਲ ਗਿਆ ਕਿਹੜਾ ਪਿੰਡਾਂ 'ਚ ਡਰਦੇ ਸੀਗੇ ਅਸੀਂ ਸਾਨੂੰ ਭੇਜ ਦੇਣੇ ਸੀ ਕਾਲੀਆਂ ਤੋਂ ਡਰ ਕੇ ਸਾਡੇ ਗੁਮਾਰਚ ਅੰਕਲ ਰਹਿੰਦੇ ਨੇ ਉਹ ਮੈਨੂੰ ਘਰੇ ਪੈਸੇ ਫੜਾ ਕੇ ਵੀ ਆ ਸਿਲੰਡਰ ਆਉਣਾ ਵਾ ਮੇਰੇ ਵੀ 765 ਫੜਾ ਕੇ ਵੀ ਆ ਸਿਲੰਡਰ ਆਉਣਾ ਵਾ ਸਿਲੰਡਰ ਵਾਲ ਨੂੰ ਪੈਸੇ ਦੇ ਦਿਓ ਸਿਲੰਡਰ ਵਾਲਾ ਆਇਆ ਜਦੋਂ ਮੈਂ 765 ਫੜਾਇਆ ਕਹਿੰਦਾ ਬਾਉ ਜੀ 50 ਰੁਪਏ ਹੋਰ ਦੇ ਦਿਓ ਮੈਂ ਕੀ ਗੱਲ ਹੋਗੀ ਕਹਿੰਦਾ 50 ਤੇ ਸਿਲੰਡਰ ਵੱਧ ਗਿਆ ਅੱਜ ਕਿੰਦ ਨੂੰ ਜਾ ਰਹੀ ਹੈ ਕਿਉਂਕਿ ਮਹਿੰਗਾਈ ਦੀ ਮਾਰ ਅੱਪਕੀ ਵਾਰ ਮੋਦੀ ਸਰਕਾਰ ਕਿੰਦ ਨੂੰ ਜਾ ਰਹੀ ਹੈ ਅਗਲੇ ਜਰ ਫੋਨ ਕਰਦੇ ਆ ਨਾ ਸਾਨੂੰ ਰੋਣਾ ਆਉਂਦਾ ਆਪਣੀਆਂ ਅਸਲੀਅਤਾਂ ਦੇ ਇੱਥੇ ਤੱਕ ਦਾ ਹਾਲ ਹੈਗਾ ਇਨਸਾਨੀਅਤ अपना जिस्म तक बेच के परिवार के अपना बच्चे नु राशन दे रहे ने इस तो वध के की और हालात माड़े आणगे आज साडी सरकार बदनाम अडानी अंबानी क्यों होरी है जवाब दियो ਤੁਸੀਂ ਮੰਦਰ ਚ ਕਰੋੜਾਂ ਰੁਪਇਆ ਗੁਰਦੁਆਰੇ ਮਸਜਿਦ ਚ ਚਰਚੀ ਜਿੱਥੇ ਮਰਜੀ ਕਰੋੜਾਂ ਰੁਪਇਆ ਦਾ ਉਹ ਲੇਖੇ ਨਹੀਂ ਲੱਗਣਾ ਤੁਹਾਡਾ ਲੇਖੇ ਤੁਹਾਡਾ ਉਹ ਰੁਪਇਆ ਲੱਗਣਾ ਜਿਹੜਾ ਕਿਸੇ ਜ਼ਰੂਰਤਵੰਦ ਦਾ ਬੇਸਹਾਰਾ ਦਾ ਤੁਸੀਂ ਸਾਰਾ ਬਣਾਉਂਗੇ ਪੋਲਿਟਿਸ਼ਨ ਪਾਰਟੀਆਂ ਨਹੀਂ ਸੁਧਰਣਗੀਆਂ ਸਮਾਜ ਨਹੀਂ ਸੁਧਰ ਸਕਦਾ ਪ੍ਰਾਇਮੋਦ ਦੇਖਦੇ ਸਾਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਇੰਦਰਪਾਲ ਸਿੰਘ ਤੁਨਾ ਅੱਜ ਅਸੀਂ ਪਹੁੰਚੇ ਹਾਂ ਉਸ ਸ਼ਖਸੀਅਤ ਕੋਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਹੜੇ ਇੱਕ ਸਿਆਸੀ ਆਗੂ ਹੋਣ ਦੇ ਨਾਲ-ਨਾਲ ਵੱਡੇ ਸਮਾਜ ਸੇਵੀ ਵੀ ਨੇ ਅਕਸਲ 'ਚ ਅਸੀਂ ਕਹਿੰਦੇ ਹਾਂ ਵੀ ਸਾਡਾ ਰਾਜਨੀਤੀ ਦੇ ਵਿੱਚ ਆਉਣ ਦਾ ਮਕਸਦ ਇਹ ਵੀ ਅਸੀਂ ਸੇਵਾ ਕਰੀਏ ਪਰ ਮੈਂ ਕਹਿ ਸਕਦਾ ਵੀ ਉਹਨਾਂ ਜਿਹੜੇ ਕਥਨਾਂ ਤੇ ਪੂਰਨ ਉਤਰਦੇ ਨੇ ਦੀਪਕ ਗਰਗ ਨੇ ਜਿਹੜੇ ਭਾਜਪਾ ਦੇ ਸੀਨੀਅਰ ਆਗੂ ਹੈਗੇ ਨੇ ਤੇ ਨਾਲ ਹੈਲਪਫੁਲ ਐਨਜੀਓ ਸੇਵਾ ਸੁਸਾਇਟੀ ਚਲਾਉਂਦੇ ਨੇ ਉਹਦੇ ਥਰੂ ਲੋੜਵੰਦ ਲੋੜਵੰਦ ਲੋਕਾਂ ਦੀ ਮਦਦ ਕਰਦੇ ਨੇ ਸੋ ਉਹਨਾਂ ਨਾਲ ਜਿੱਥੇ ਅਸੀਂ ਵੈਲਫੇਅਰ ਦੇ ਕੰਮਾਂ ਦੀ ਸੁਸਾਇਟੀ ਐਨਜੀਓ ਦੀ ਗੱਲ ਕਰਾਂਗੇ ਉੱਥੇ ਨਾਲ ਗੱਲ ਕਰਾਂ ਭਾਜਪਾ ਦੀ ਰਣਨੀਤੀ ਜਿਹੜੇ ਮੌਜੂਦਾ ਦੌਰ ਚ ਭਾਜਪਾ ਨਿਕਲਦੀ ਪਈ ਆ ਉਸ ਬਾਰੇ ਦੀਪਕ ਗਰਗਹਰ ਦਾ ਕੀ ਕਹਿਣਾ ਬਹੁਤ ਬਹੁਤ ਸਵਾਗਤ ਹੈ ਗਰਗਹਰ ਸਾਹਿਬ ਸਸੀ ਕਲ ਪਹਿਲਾਂ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਪ੍ਰਾਈਮ ਮੋਦੇ ਦਾ ਜਿਹੜਾ ਚੈਨਲ ਆ ਬੜਾ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਮੈਂ ਤੁਹਾਡੇ ਸਾਰੇ ਟੀਮ ਦਾ ਥੈਂਕਸ ਬਹੁਤ ਧੰਨਵਾਦ ਗਰਗਹਰ ਸਾਹਿਬ ਸਵਾਲ ਇਹ ਹੈ ਤੁਹਾਡੀ ਐਨਜੀਓ ਤੁਸੀਂ ਚਲਾ ਰਹੇ ਹੋ ਲੰਬੇ ਸਮੇਂ ਤੋਂ ਬੜੀਆਂ ਤੁਹਾਡੇ ਬਾਰੇ ਗੱਲਾਂ ਸੁਣੀਆਂ ਵੀ ਵੈਲਫੇਅਰ ਦੇ ਕੰਮ ਕਰ ਰਹੇ ਹੋ ਅੱਜ ਸਾਡੇ ਦਸਕਾਂ ਨੂੰ ਦੱਸੋ ਵੀ ਕਿਹੜੇ ਕਿਹੜੇ ਕੰਮ ਤੁਸੀਂ ਵੈਲਫੇਅਰ ਦੇ ਕਰ ਰਹੇ ਹੋ ਜੀ ਦੇਖੋ ਮੈਂ ਤੁਹਾਨੂੰ ਜਿਹੜੀ ਸਾਡੀ ਐਨਜੀਓ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਹੈਗੀ ਮੇਰਾ ਇੱਕੋ ਹੀ ਮੁੱਦਾ ਹੁੰਦਾ ਸੀਗਾ ਪਹਿਲਾਂ ਕਰਮ ਫੇਰ ਧਰਮ ਜੀ ਜਿਹੜੇ ਅੱਜ ਸਾਡੇ ਜਿਹੜੇ ਐਨਜੀਓ ਕਰਦੀ ਹੈ ਜਿੰਨੇ ਵੀ ਸਾਡੇ ਮੈਂਬਰ ਹੈ ਉਹਨਾਂ ਦੇ ਸਦਕੇ ਉਹਨਾਂ ਦੇ ਦਾਨ ਸਦਕੇ ਇਹ ਐਨਜੀਓ ਚੱਲ ਰਹੀ ਹੈ ਜੀ ਸਿਰਫ ਮੈਂ ਤਾਂ ਇੱਕ ਛੋਟਾ ਜਿਹਾ ਸੇਵਾਦਾਰ ਹੈਗਾ ਜਿਹੜੇ ਉਹ ਲੋਕਾਂ ਨੇ ਲਾਇਆ ਤੇ ਮੈਂ ਕਰ ਰਿਹਾ ਹੈਗਾ ਜੀ ਸੇਵਾ ਸਾਡੀ ਜਿਹੜੀ ਸੁਸਾਇਟੀ ਕਰਦੀ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਜਿਹੜੇ ਡੈਲਸੀਜ਼ ਮਰੀਜ਼ ਨੇ ਉਹਨਾਂ ਹੀ ਸੇਵਾ ਜਿਹੜਾ ਮਰਜੀ ਮਰੀਜ਼ ਜਿੱਥੇ ਦਾ ਮਰਜੀ ਹੋਵੇ ਕ੍ਰਿਸ਼ਨਾ ਹਸਪੀਟਲ ਚਲਾ ਜਾਵੇ ਮਾਡਲ ਟਾਊਨ ਉੱਥੇ ਜਾ ਕੇ ਆਪਣਾ ਇਲਾਜ ਡੈਲਸੀਜ਼ ਦਾ ਇਲਾਜ ਜੀ ਉੱਥੇ ਜਾ ਕੇ ਕਰਾ ਸਕਦਾ ਜਾਂ ਕੋਈ ਦੂਜਾ ਜਿਹੜਾ ਮਰੀਜ਼ ਹੈ ਗੁਰੂ ਨਾਨਕ ਹਸਪੀਟਲ ਹੈਗਾ ਮਾਡਲ ਟਾਊਨ ਉੱਥੇ ਜਾ ਕੇ ਜਿਹੜਾ ਮੈਡੀਕਲ ਦੀ ਸਹੂਈਦਾਂ ਉਹ ਉੱਥੇ ਲੈ ਸਕਦਾ ਡੈਲਸੀਜ਼ ਦੀ ਕ੍ਰਿਸ਼ਨਾ ਚ ਮੈਡੀਕਲ ਦੀ ਗੁਰੂ ਨਾਨਕ ਚ ਲੈ ਸਕਦਾ ਹੈਗਾ ਜਿਹੜੀ ਸਾਡੀ ਹੋਰ ਇਸ ਤੋਂ ਵੱਧ ਕੀ ਸੇਵਾ ਦੇਖੋ ਸਾਡੀ ਸੇਵਾ ਵਿਦਿਆ ਦੀ ਸੇਵਾ ਅਸੀਂ ਸਮਾਜ ਨੂੰ ਇਹ ਹੀ ਗੱਲ ਕਹਿੰਨੇ ਆ ਕਿ ਜਦ ਤੱਕ ਸਾਡਾ ਸਮਾਜ ਪੜਿਆ ਲਿਖਿਆ ਨਹੀਂ ਹੋਊਗਾ ਜਿਹੜਾ ਸੁਧਾਰ ਨਹੀਂ ਹੋ ਸਕਦਾ ਹੈਗਾ ਤੇ ਬੱਚਿਆਂ ਨੂੰ ਅਸੀਂ ਵਿੱਦਿਆ ਦੀ ਸੇਵਾ ਕਰ ਰਿਹਾ ਤੁਹਾਨੂੰ ਇੱਕ ਗੱਲ ਦੱਸਣਾ ਚਾਹ ਰਿਹਾ ਸਾਡਾ ਇੱਕ ਵਿਦਿਆਰਥੀ ਸੀਏ ਕਰ ਰਿਹਾ ਜੀ ਸੀਏ ਕਰ ਰਿਹਾ ਉਸ ਤੋਂ ਬਾਅਦ ਅਸੀਂ ਆ ਜਿਹੜਾ ਮਹੀਨੇ ਡੇਢ ਮਹੀਨਾ ਹੋ ਗਿਆ ਜਨਵਰੀ ਪਹਿਲੀ ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਤਕਰੀਬਨ 1.5 ਜਾਂ 2 ਲੱਖ ਰੁਪਏ ਦੇ ਜਿਹੜੇ ਚੈੱਕ ਬੱਚਿਆਂ ਨੂੰ ਪੀਸਾਂ ਦੇ ਤੁਸੀਂ ਹਾਲਾਤ ਇਹਨੇ ਦੇਖੋ ਮੈਂ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਕਿ ਕਿਵੇਂ ਲੋ ਰਹੇ ਨੇ ਸਾਡਾ ਸਮਾਜ ਕਿ ਕਿੱਥੇ ਲੈਵਲ ਤੇ ਗਿਰਿਆ ਹੈਗਾ ਉਸ ਤੋਂ ਬਾਅਦ ਚੌਥੀ ਸੇਵਾ ਜਿਹੜੀ ਸਾਡੀ ਹੈਗੀ ਜਿਹੜੇ ਹੈ ਨਾ ਬਜਰੂਗ ਜੀ ਬੱਚੇ ਜਿਹੜੇ ਨਸ਼ੇੜੀ ਨੇ ਉਹ ਆ ਮਾਪਿਆਂ ਦੀ ਸੇਵਾ ਨਹੀਂ ਕਰਦੇ ਹੈਗੇ ਉਹਨਾਂ ਨੂੰ ਅਸੀਂ ਰਸਨ ਦੀ ਸੇਵਾ ਦੇ ਰਹੇ ਨੇ ਜੀ ਤੁਹਾਨੂੰ ਮੈਂ ਇੱਥੇ ਤੱਕ ਦਾ ਦੱਸ ਦਵਾਂ ਹਾਲ ਸਾਡਾ ਇੰਨਾ ਕਿ ਸਾਡਾ ਸਮਾਜ ਗਿਰ ਗਿਆ ਮੇਰੇ ਕੋਲ ਹੁਣੀ ਮਹੀਨੇ ਪਹਿਲਾਂ ਧੋਰੀ ਲੈਨ ਤੇ ਦੋ ਪ੍ਰੋਫੈਸਰ ਜਿਨ੍ਹਾਂ ਨੇ ਮੈਸੇਜ ਕੀਤੀ ਸੀ ਲੋਕਡਾਊਨ ਕਰਕੇ ਬਜ਼ੁਰਗ ਸੀਗੇ ਇੱਥੇ ਰੋ ਰਹੇ ਸੀ ਰਾਸ਼ਨ ਲਈ ਗੈਸ ਲਈ ਨਹੀਂ ਸੀਗੇ ਜੀ ਜੀ ਅਸੀਂ ਉਹਨਾਂ ਨੂੰ ਰਾਸ਼ਨ ਦੇ ਕੇ ਕਿਉਂਕਿ ਜਿਹੜੇ ਟੀਚਰ ਨੇ ਸੁਭਾਅ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਹੈਗਾ ਉਹਨਾਂ ਨੇ ਮੰਗਿਆ ਕੁਝ ਨਹੀਂ ਫਿਰ ਵੀ ਅਸੀਂ ਉਹਨਾਂ ਨੂੰ ਦਿੱਤਾ ਹੈ ਜੀ ਜੀ ਤੇ ਅਸੀਂ ਤਾਂ ਇਹ ਕਹਿੰਨੇਗੇ ਵੱਤ ਤੋਂ ਵੱਧ ਇਹੋ ਜੀ ਸੇਵਾ ਕਰੋ ਤੁਹਾਡੀ ਤੁਹਾਡੀ ਜਿਹੜੀ ਸੰਸਥਾ ਦੇ ਵਿੱਚ ਕਿੰਨੇ ਮੈਂਬਰ ਹੈਗੇ ਨੇ ਤੇ ਫੰਡਿੰਗ ਦਾ ਕੀ ਤੁਹਾਡੇ ਕੋਲ ਸਿਸਟਮ ਹੈਗਾ ਫੰਡਿੰਗ ਤੁਹਾਨੂੰ ਕਿੱਥੋਂ ਆਉਂਦੀ ਹੈ ਸਾਰੀ ਇਹ ਤੁੰਨਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਭਾਈ ਸਾਹਿਬ ਜਿਹੜੀ ਸਾਡੇ ਐਨਜੀਓ ਹੈ 1 ਜਨਵਰੀ ਤੋਂ ਲੈ ਕੇ ਸਾਡਾ ਟੋਟਲ ਬੈਂਕ ਰਾਈ ਸਿਸਟਮ ਹੈ 1 ਰੁਪਿਆ ਵੀ ਅਸੀਂ ਕਿਸੇ ਨੂੰ ਕੈਸ ਨਹੀਂ ਦਿੰਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਿਆ ਐਨ ਜੀਓ ਕਈ ਐਂਜਲ ਲੁਧਿਆਣੇ ਦੀ ਆਏ ਆਂ ਫੋਕਸ ਨੇ ਸੇਵਾ ਕਰ ਰਿਆ ਨੇ ਸੇਵਾ ਦੇ ਨਾਲ ਨਾਲ ਉਹ ਆਪਣੇ ਘਰ ਦਾ ਮੇਵਾ ਵੀ ਕਰੀ ਰਹੇ ਨੇ ਜੀ ਜੀ ਚਲੋ ਅਸੀਂ ਕਹਿੰਨੇ ਜੋ ਮਰਜ਼ੀ ਕਰਨਾ ਸੀ ਕਿਸੇ ਦੀ ਗੱਲ ਨਹੀਂ ਛੇੜਨਾ ਚਾਹਦੇ ਆਗੇ ਸਾਡੀ ਜਿਹੜੀ 1 ਜਨਵਰੀ ਤੋਂ ਸਾਰਾ ਪੱਕਿਆਂ ਦਾ ਕੰਮ ਹੈ ਜਿਹੜਾ ਰਹਾ ਫੰਡ ਕਿੱਥੋਂ ਆ ਰਿਹਾ ਕਿਸੇ ਕੋਲ ਅਜੇ ਤੱਕ ਕਿਸੇ ਮੰਗਣ ਨਹੀਂ ਗਏ ਗਰੁੱਪ 'ਚ ਸਾਡੇ 200 250 ਮੈਂਬਰ ਹੈਗਾ ਜਿਹੜੇ 30 40 ਮੈਂਬਰ ਐ ਐਕਟਿਵ ਨੇ ਉਹ ਸਾਨੂੰ ਅਸੀਂ ਮੈਸੇਜ ਪਾ ਦੇਈਦਾ ਕਿ ਭਈ ਆਹ ਕੰਮ ਕਰਾਉਣਾ ਹੈਗਾ ਤੇ ਉਹ ਸਾਨੂੰ ਫੰਡ ਭੇਜ ਦਿੰਦੇ ਨੇ ਪਰਮਾਤਮਾ ਦੀ ਅਪਾਰ ਕਿਰਪਾ ਹੈਗੀ ਆ ਕਦੇ ਹੱਥ ਰੁਕਿਆ ਨਹੀਂ ਫੰਡ ਆਂਦਾ ਵੀ ਅਕਾਊਂਟ ਦੇ ਵਿੱਚ ਹੀ ਅਗਰ ਸਭ ਦੇਖੋ ਜੀ ਕੋਈ ਚੈੱਕ ਰਾਈ ਦਿੰਦਾ ਜਿਹੜਾ ਕੈਸ਼ ਦਿੰਦੇ ਨੇ ਉਹ ਅਕਾਊਂਟ 'ਚ ਹੀ ਜਮਾ ਹੋ ਜਾਂਦਾ ਹੈਗਾ ਉਹ ਕੈਸ਼ ਅਕਾਊਂਟ 'ਚ ਹੋ ਜਾਣਾ ਅਸੀਂ ਨਹੀਂ ਕਿਸੇ ਨੂੰ ਕੈਸ਼ ਦਿੰਦੇ ਜੀ ਜੀ ਜਿਵੇਂ ਮੈਡੀਕਲ ਹੈ ਡੈਲਸੀ ਜਾ ਰਸਨ ਦਾ ਵੀ ਹੈਗਾ ਜੋ ਫਿਸ ਟੋਟਲ ਤੁਹਾਨੂੰ ਮੈਂ ਦਿਖਾਣਾ ਚਾ ਰਿਹਾ ਮੈਂ ਤੁਹਾਨੂੰ ਆ ਦਿਖਾ ਵੀ ਰਿਹਾ ਜੀ ਦੇਖੋ ਆ ਮੇਰੀ ਚੈੱਕ ਬੁੱਕ ਪਈ ਹੈ helpful ngo ਦੀ ਆ ਜਿਹੜੇ ਵੀ ਜਿਹੜੇ ਆ ਚੈੱਕ ਕੱਟੇ ਹੋਏ ਨੇ ਆ ਸਕੂਲਾਂ ਦੇ ਆ ਦੇਖੋ ਆ helpful ngo ਹੈ ਠੀਕ ਹੈ ਜੀ ਅਸੀਂ ਜਿੰਨੀ ਵੀ ਪੇਮੈਂਟ ਹੈ 1 ਜਨਵਰੀ ਤੋਂ ਸਾਰੀ ਸਾਡੀ ਪੱਕਿਆਂ ਚ ਦਿੰਨੇ ਸੀ ਕੋਵਿਡ ਦਾ ਸਮਾਂ ਵੀ ਆਇਆ ਉਸ ਦੌਰਾਨ ਵੀ ਤੁਹਾਡੀ ਸੇਵਾ ਨੇ ਕਿਹੜੀ ਸੰਸਥਾ ਨੇ ਕਿਹੜੀ ਕਿਹੜੀ ਸੇਵਾ ਜਿਹੀ ਨਿਭਾਈਆ ਕੋਵਿਡ ਦੇ ਵਿੱਚ ਕਿਉਂਕਿ ਵੱਡਾ ਇੱਕ ਲੋਕਾਂ ਦੇ ਉੱਤੇ ਭਾਰ ਪੈ ਗਿਆ ਸੀ ਆਰਥਿਕ ਤੰਗੀ ਵੱਲ ਲੋਕ ਵੱਧ ਰਹੇ ਸੀਗੇ ਸਰਕਾਰਾਂ ਦੇ ਵੀ ਉੱਥੇ ਕਿੰਨੇ ਆ ਕੇ ਸਰਕਾਰ ਨੇ ਐਫਰਟ ਕੀਤੇ ਪਰ ਸਰਕਾਰ ਦੇ ਵੀ ਉਹ ਇੱਕ ਜਗ੍ਹਾ ਤੇ ਜਾ ਕੇ ਹੱਥ ਖੜੇ ਹੋ ਜਾਂਦੇ ਆ ਹੱਥ ਖੜੇ ਸਰਕਾਰ ਦੇ ਹੋਗੇ ਤਾਂ ਉਹਦਾ ਕਮਾਂਡ ਹੈ ਉਹ ਐਨ ਜੀਓਸ ਨੇ ਐਨ ਜੀਓਸ ਨੇ ਸਾਂਭੀ ਸੀ ਤੁਹਾਡੀ ਐਨ ਜੀਓ ਨੇ ਕੀ ਕੀਤਾ ਉਸ ਸਮੇਂ ਦੇਖੋ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ ਜੇ ਉਸ ਦੌਰਾਨ ਐਨ ਜੀਓ ਤੇ ਬਾਕੀ ਹੋਰ ਸੰਸਥਾਵਾਂ ਨਾ ਆਂਦੀ ਤੇ ਇੱਥੇ ਆਪਸ ਵਿੱਚ ਕੁੱਟਮਾਰ ਹੁੰਦੀ ਲੁੱਟਖੋ ਹੋ ਜਾਣੀ ਸੀਗੀ ਸਰਕਾਰ ਸੁੱਤੀਆਂ ਪਈਆਂ ਸੀ ਰਾਸ਼ਨ ਭੇਜਿਆ ਉਹ ਕਿਸ ਨੇ ਉਡਾਇਆ ਕੀ ਕੀਤਾ ਮੈਂ ਉਸ ਵaile ਨਹੀਂ ਜਾਣਾ ਚਾਹੁੰਦਾ ਸਾਡੀ ਐਨ ਜੀਓ ਨੇ ਲੰਗਰ ਲਾਇਆ ਆਤਮਨਗਰ ਮਾਤਾ ਵੈਸ਼ਨ ਦੇਵੀ ਮੰਦਿਰ ਹੈ ਜੀ ਚਿੰਤਪੂਰਨੀ ਮਾਤਾ ਮੰਦਿਰ ਦੇ ਨਾਲ ਅਸੀਂ ਉੱਥੇ 48 ਦਿਨ ਲੰਗਰ ਲਾਇਆ ਜੀ 48 ਦਿਨ ਸੇਵਾ ਕਿੱਥੇ ਕਿੱਥੇ ਕੀਤੀ ਹੈ ਸੇਵਾ ਸਾਰੀ ਸਰਕਾਰੀ ਮਹਿਕਮੇ ਨੂੰ ਚਲੋ ਪਬਲਿਕ ਨੂੰ ਵੀ ਦਿੱਤੀ ਹੈ ਪੁਲਿਸ ਮਹਿਕਮੇ ਨੂੰ ਉਸ ਤੋਂ ਬਾਅਦ ਪੁੱਡਾ ਨੂੰ ਕਾਰਪੋਰੇਸ਼ਨ ਨੂੰ ਇੱਥੇ ਤੱਕ ਹੈ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੂੰ ਵੀ ਅਸੀਂ ਸੇਵਾ ਉੱਥੇ ਦਿੱਤੀ ਹੈ तकरीबन ਰੋਜ਼ ਦੀ 3000 ਤੋਂ 6000 ਤੱਕ ਤੁਹਾਨੂੰ ਇੱਕ ਹੋਰ ਦੱਸ ਦਈਏ ਲੋਕਡਾਊਨ ਚ ਅਸੀਂ ਟੈਨ ਸੇਵਾ ਕੀਤੀ ਹੈ ਭਾਈ ਸਾਹਿਬ ਲੋਕਡਾਊਨ ਤਾਂ ਅਸੂ ਦਲਾਂਦਾ ਹੈਗਾ ਬੱਚੇ ਛੋਟੇ-ਛੋਟੇ ਦੁੱਧ ਤੋਂ ਵੀ ਮੁਤਾਸ ਸੀ ਸੁੱਖਾ ਦੁੱਧ ਦਿੱਤਾ ਹੈਗਾ ਸੀ ਰਾਸ਼ਨ ਲੋਕਾਂ ਦੇ ਘਰੇ ਪਹੁੰਚਾਇਆ ਦਵਾਈ ਦੀ ਸੇਵਾ ਕੀਤੀ ਕੱਲੀ ਲੰਗਰ ਦੀ ਨਹੀਂ ਸੇਵਾ ਕੀਤੀ ਕਿਉਂਕਿ ਲੰਗਰ ਸਾਡੀ ਅੰਜ ਚਲਾਉਣੀ ਹੈਗਾ ਸਿਰਫ ਅਸੀਂ ਲੰਗਰ ਹਸਪਤਾਲਾਂ ਚ ਵੰਡ ਸਕਦੇ ਉਸ ਤਰ੍ਹਾਂ ਅਸੀਂ ਇਸ ਚੀਜ਼ ਤੇ ਬੰਦੀ ਸਲਾਈ ਹੈ ਕਿਉਂਕਿ ਪਰਮਾਤਮਾ ਦੀ ਆਪ ਦਾ ਸੀ ਹੂੰ ਆਪਦਾ ਕਰਕੇ ਪਰਮਾਤਮਾ ਨੇ ਚੇਪੇੜਾਂ ਦੇਖੋ ਕਿੰਨੀਆਂ ਮਾਰੀਆਂ ਸਾਡੇ ਧਾਰਮਿਕ ਹਿਸਤਾਲਾਂ ਨੂੰ ਵੀ ਮਾਰੀਆਂ ਤਾਂ ਵੀ ਲੋਕਾਂ ਨੂੰ ਅਕਲ ਨਹੀਂ ਆ ਰਹੀ ਮੈਂ ਤਾਂ ਕਹੇ ਸਮਾਜ ਕਿੱਥੇ ਜਾ ਰਿਹਾ ਉਸ ਤੋਂ ਬਾਅਦ ਫਿਰ ਉਹੀ ਮਾਹੌਲ ਬਣ ਰਿਹਾਗਾ ਫਿਰ ਉਹੀ ਫੂਫਾ ਜੀ ਲੋਕਾਂ ਚ ਆ ਗਏ ਹੈਗੀਆਂ ਅਕਲ ਨਹੀਂ ਲੋਕਾਂ ਨੂੰ ਆਈ ਹੈਗੀ ਹਲੇ ਦੇਖੋ ਅਗਰ ਸਭ ਆਪਾਂ ਬੈਠੇ ਆ ਨੇਕੀ ਦੀ ਹੱਠੀ ਤੇ ਨਜ਼ਰ ਆリエ ਬੂਰ ਲੱਗੇ ਨੇ ਕਈ ਸਾਰੇ ਸਤੇ ਜਿਵੇਂ ਲੱਗੇ ਸੀ ਇਹ ਤੁਹਾਡਾ ਕੀ ਕਨਸੈਪਟ ਹੈਗਾ ਵਾ ਕਰਿਆਨਾ ਸਟੋਰ ਇੱਥੇ ਮੈਨੂੰ ਨਜ਼ਰ ਆ ਰਿਹਾ ਵਾ ਕਰਿਆਨਾ ਸਾਮਾਨ ਸਾਰਾ ਪਿਆ ਵਾ ਇੱਥੇ ਦੇਖੋ ਇਸ ਤਰ੍ਹਾਂ ਸੀਗਾ ਲੋਕਡਾਊਨ ਚ ਲੋਕਾਂ ਨੇ ਬੜ ਕਿਉਂਕਿ ਮੈਂ ਉਹਨਾਂ ਦੀ ਪੋਲ ਨਹੀਂ ਖੋਲਣਾ ਚਾਹੁੰਦਾ ਨਾ ਮੇਰਾ ਰਾਈਟ ਹੈਗਾ ਜਿਨ੍ਹਾਂ ਕੀਤਾ ਆਪੇ ਭੁਗਤਣਗੇ ਅਸੀਂ ਇੱਕ ਸੋਚਿਆ ਹੈਗਾ ਕਿਉਂ ਨਾ ਇੱਕ ਜਿਹੜੇ ਕਿ ਲੋਕੀ ਹੈਗੇ ਸਮਾਜ ਦੇ ਸਾਡੀ ਉਹ ਜੀ ਸਮਾਜ ਜਿਹੜੇ ਲਿਆਣਦੇ ਨੇ ਜ਼ਰੂਰਤਵੰਤਾ ਆਂਦੀ ਆਂਦੇ ਨੇ ਸਾਡੇ ਕੋਲ ਪਹੁੰਚ ਇਹਦੇ ਚ 7 7 8 ਕਿਲੋਮੀਟਰ ਤੋਂ ਲੋਕੀ ਸਮਾਨ ਲੈ ਆਂਦੇ ਨੇ ਇੱਥੇ ਜਿਹੜਾ ਮਰਜੀ ਆਵੇ ਹਰ ਇੱਕ ਕਿਸਮ ਦਾ ਇੱਥੇ ਕਿੰਨਾ ਕ ਫਰਕ ਮੈਂ ਮੰਨ ਲਓ ਮੈਂ ਕਦੀ ਚੀਨੀ ਦੀ ਗੱਲ ਕਰਾਂ ਤੇ ਕੀ ਕਿੰਨਾ ਕ ਫਰਕ ਆ ਰਿਹਾ ਜਿਹੜੀ ਚੀਨੀ ਆ ਕੀ ਰੇਟ ਜਿਹੜੀ ਸਾਡੀ ਵਧੀਆ ਜਿਹੜੀ ਬ੍ਰਾਂਡਡ ਚੀਨੀ 36 ਰੁਪਏ ਆ ਹੁਣ ਛੋਲਿਆਂ ਦਾ 60 ਰੁਪਏ ਅਸੀਂ ਵੇਚ ਰਿਹਾ ਆ ਆਟਾ ਅਸੀਂ 215 ਰੁਪਏ ਵੇਚ ਰਿਹਾ ਸਾਡਾ ਇਹ ਹੈ ਕਿ ਜਿਹੜਾ ਬੰਦਾ ਜ਼ਰੂਰਤਵੰਦ ਆ ਉਹਨੂੰ ਤਾਂ ਅਸੀਂ ਆਪਣੇ ਕੋਲੋਂ ਵੀ ਦੇ ਕੇ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਜਿਹੜੀ ਨੇਕੀ ਦੀ ਹੱਟੀ ਜਿਹੜਾ ਇਹ ਕੰਮ ਕਰਦੀ ਹੈ ਇਹਦਾ ਜਿਵੇਂ ਹੁਣ ਮਹੀਨੇ 'ਚ 25 ਆ 30 ਲੱਗਦੀ ਸੇਲ ਹੁੰਦੀ ਹੈ ਉਹਦਾ ਜਿਹੜਾ ਵੀ 1/2% ਹੁੰਦਾ ਉਹ ਜ਼ਰੂਰਤਮੰਦ ਮਰੀਜ਼ਾਂ ਲਈ ਐਨਜੀਓ ਨੂੰ ਜਾਂਦਾ ਹੁਣ 1 ਜਨਵਰੀ ਤੋਂ ਪੱਕਿਆਂ 'ਚ ਜਾ ਰਿਹਾ ਚੈੱਕ ਲਈ ਜੀ ਜੀ ਨੇਕੀ ਦੀ ਹੱਟੀ ਘੱਟ ਕੇ ਦਿੰਦੀ ਐਨਜੀਓ ਜਾਂਦਾ ਇੱਕ ਅਸੀਂ ਗੱਲ ਲਾਇਆ ਜੋ ਵੀ ਸਾਡਾ ਇੱਥੇ ਨੇਕੀ ਦੀ ਹੱਟੀ ਦਾ ਜਿੰਨਾ ਵੀ ਕੁਆੜਾ ਹੈਗਾ ਸਾਰਾ ਪੈਸਾ ਉਹਦੇ ਵਿੱਚ ਜਾਂਦਾ ਹੈਗਾ ਉਸ ਤੁਸੀਂ ਗੱਲ ਕੀਤੀ ਲੋਕਡਾਊਨ ਦੇ ਵਿੱਚ ਸਮੱਸਿਆਵਾਂ ਆਈਆਂ ਜਿਵੇਂ ਤੁਸੀਂ ਨੇਕੀ ਦੀ ਹੱਟੀ ਖੋਲੀ ਐ ਐਵੇਂ ਉਹ ਸ਼ਹਿਰਪੁਰ ਦੇ ਵਿੱਚ ਕਈ ਦੋ ਅਜਿਹੇ ਸਟੋਰ ਖਲਗੇ ਜਿਹੜੇ ਅੱਜ ਵਪਾਰਦਾਰ ਅੱਡਾ ਬਣ ਚੁੱਕੇ ਨੇ ਉਸ ਸਮੇਂ ਤੋਂ ਉਹਨਾਂ ਨੇ ਦਿੱਤਾ ਵੀ ਚਲੋ ਕੋਈ 2-4 ਰੁਪਏ 5 ਰੁਪਏ ਘਟਾ ਕੇ ਦਿੱਤਾ ਲੋਕਾਂ ਨੂੰ ਬੈਨੀਫਿਟ ਦਿੱਤਾ ਪਰ ਜੋ ਵਪਾਰਦਾਰ ਅੱਡਾ ਬਣ ਗਏ ਨੇ ਜਿਹੜਾ ਆਮ ਕਰਾਨੇ ਦੀ ਦੁਕਾਨਾਂ ਨੂੰ ਸਮਾਨ ਮਿਲਦਾ ਉਹ ਵੀ ਉਹੀ ਉਹੀ ਰੇਟ ਉੱਥੇ ਮਿਲਦਾ ਕਿ ਥੋੜੇ ਦਿਨ ਹੀ ਅਜਿਹਾ ਹੈਗਾ ਵੀ ਪਹਿਲਾਂ ਉਹ ਗਲਤ ਘੱਟ ਸੀ ਤੇ ਅੱਜ ਤੁਸੀਂ ਵੀ ਬਰਾਬਰ ਲੈਵਲ ਤੇ ਦੇ ਰਹੇ ਹੋ ਉਸੇ ਭਾਈ ਸਾਹਿਬ ਤੁਸੀਂ ਨਾ ਸਾਡੀ ਲਿਸਟ ਬਾਜ਼ਾਰ ਨਾਲੋਂ ਕੰਪਿਊਟਰ ਲਿਸਟੇਕ ਲਾ ਕੇ ਦੇਖ ਲਓ ਲੋਕਾਂ ਦਾ ਦਿਮਾਗ ਕੋਈ ਖਰਾਬ ਹੈ ਜੇ 7 7 38 88 ਕਿਲੋਮੀਟਰ ਤੋਂ ਆਉਂਦੇ ਨੇ ਆ ਤੁਸੀਂ ਬਾਹਰ ਦੇਖ ਲਓ ਹੋਲਸੇਲਰ ਬੈਠੇ ਨੇ ਜੀ ਜੀ ਉਹਨਾਂ ਤੋਂ ਵੀ ਲੈ ਸਕਦੇ ਨੇ ਜੇ ਸਾਡੇ ਸਮਾਨ 'ਚ ਉਹ ਬਰਕਤ ਹੈਗੀ ਹੈ ਜੇ ਰੇਟ ਘਟਿਆ ਹੈ ਤਾਂ ਹੀ ਆਉਂਦੇ ਨੇ ਤੇ ਇੱਥੇ ਇੱਥੇ ਲੈਣ ਆਉਂਦੇ ਨੇ ਅਸੀਂ ਤੇ ਸਾਰਿਆਂ ਨੂੰ ਕਹਿੰਨੇ ਨਾਲ ਇੱਥੇ ਤੁਹਾਨੂੰ ਮੈਂ ਦੱਸ ਦਵਾਂ ਇੱਥੇ ਆਉਣ ਦੇ ਦੋ ਫਾਇਦੇ ਇੱਕ ਪੰਥ ਦੋ ਕਾਜ ਨੇ ਇੱਕ ਤਾਂ ਤੁਸੀਂ ਸਮਾਨ ਲੈ ਜਾਂਨੇ ਆ ਤੁਹਾਡੇ ਪੈਸੇ ਵੀ ਵਜਦੇ ਉਸ ਤੋਂ ਬਾਅਦ ਜੇ 100 ਰੁਪਿਆ ਥੱਲੇ ਚਲੋ ਕਮਾ ਵੀ ਰਹੇ ਆ ਮੰਨ ਲਓ ਉਹਦੇ ਚੋਂ ਡੋਨੇਸ਼ਨ ਜਾ ਰਹੀ ਹੈ ਉਹਦਾ ਲੇਖਾ ਵੀ ਤਾਂ ਤੁਹਾਨੂੰ ਗਾਹਕ ਨੂੰ ਮਿਲਣਾ ਹੈ ਨਾ ਕਿਹ ਗਾਹਕ ਨਾ ਮੈਂ ਤੁਹਾਨੂੰ ਦੱਸਦਾ ਛੋੜੇ ਬਜ਼ਾਰ ਤੋਂ ਆਂਦੇ ਨੇ ਸਮਾਨ ਲੈ ਕਿਉਂਕਿ ਕੇਸਰਗੰਜ ਮੰਡੀ ਕੋਲ ਹੈ ਉਹਨਾਂ ਨੇ ਜੇ ਪੁੱਛੀ ਦਾ ਕਹਿੰਦਾ ਉਹ ਕਹਿੰਦੇ ਇੱਕ ਤਾਂ ਸਾਨੂੰ ਸਮਾਨ ਘੱਟ ਮਿਲ ਰਿਹਾ ਇੱਕ ਸਾਨੂੰ ਪੁੰਨ ਦੀ ਪ੍ਰਾਪਤੀ ਮਿਲ ਰਹੀ ਹੈ ਐਸਾ ਬਥੜਾ ਸਿਆਸਤ ਵਾਲ ਨੂੰ ਹੋਈ ਤੇ ਬੀਜੇਪੀ ਦੇ ਆਗੂ ਹੈਗੇ ਅੱਜ ਕੱਲ ਜੋ ਬੀਜੇਪੀ ਦੇ ਹਾਲਾਤ ਨੇ ਮੈਨੂੰ ਵੱਧ ਹਾਲਾਂਕਿ ਤੁਸੀਂ ਜਾਣਦੇ ਹੋ ਇੰਟਰਨਲ ਕੀ ਗੱਲਾਂ ਬਾਤਾਂ ਨੇ ਤੁਸੀਂ ਉਹਦੇ ਬਾਰੇ ਵੱਧ ਨੋਲਿਜ ਰੱਖਦੇ ਪਰ ਜੇ ਉੱਤੋਂ-ਉੱਤ ਦੇਖੀ ਤਾਂ ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਬੀਜੇਪੀ ਦੇ ਨਜ਼ਰ ਆ ਰਹੇ ਸੋ ਬੀਜੇਪੀ ਲੀਡਰਾਂ ਲੋਕ ਦੇਖ ਕੇ ਤਰ੍ਹਾਂ ਤਰ੍ਹਾਂ ਜਿਹੀ ਗੱਲਾਂ ਕਰਦੇ ਪਰ ਤੁਹਾਡੇ ਅੱਗੇ ਸਮਾਜ ਸੇਵੀ ਲੋਕ ਵੀ ਬੈਠੇ ਨੇ ਸੋ ਮੌਜੂਦਾ ਸਮੇਂ ਦੇ ਬੀਜੇਪੀ ਨੂੰ ਇਸ ਸੰਕਟ ਦੀ ਘੜੀ ਚੋਂ ਕੱਢਣ ਲਈ ਕੀ ਕਰਨਾ ਚਾਹੀਦਾ ਪੰਜਾਬ ਬੀਜੇਪੀ ਦੇ ਖਾਸ ਕਰਕੇ ਆਗੂ ਨੂੰ ਕੱਲ ਵੀ ਸਾਡੇ ਇੱਕ ਭਾਜਪਾ ਦੇ ਆਗੂ ਬੀਜੇਪੀ ਦੇ ਆਗੂ ਜਿੰਮੇਵਾਰ ਨੇ ਉਹਦੇ ਵਾਸਤੇ ਦੇਖੋ ਤੁਸੀਂ ਇਹ ਬੜਾ ਵਧੀਆ ਬੜਾ ਵਧੀਆ ਕਿਉਂਕਿ ਜਦ ਤੱਕ ਪੋਲੀਟੀਸ਼ਨ ਪਾਰਟੀ ਨਹੀਂ ਸੁਧਰਣਗੇ ਸਮਾਜ ਨਹੀਂ ਸੁਧਰ ਸਕਦਾ ਹੈ ਜੀ ਜੀ ਇਹ ਬੀਜੇਪੀ ਦੀ ਬਹੁਤ ਵਧੀਆ ਪਾਰਟੀ ਹੈ ਜੀ ਪਿਛੋਕੜ ਵਧੀਆ ਅੰਤਰਰਾਸ਼ਟਰੀ ਪਾਰਟੀ ਹੈ ਸਾਡੇ ਬਾਕੀ ਪਾਸੇ ਤਰੱਕੀ ਕਰ ਹੀ ਰਹੇ ਜੋ ਮੋਦੀ ਜੀ ਨੇ ਕਿਤੇ ਉਪਰਾਲੇ ਬੜੇ ਵਧੀਆ ਕੀਤੇ ਨੇ ਅੱਗੇ ਵੀ ਕਰਨਗੇ ਵਿਚਾਰਨਾ ਮੈਂ ਇੱਕ ਪੁਆਇੰਟ ਹੋਰ ਜੋੜ ਲੈਣਾ ਤੁਸੀਂ ਕਹਿਣਾ ਸੀਗਾ ਚਲੋ ਮੈਂ ਬਾਅਦ 'ਚ ਕਰਾਂ ਕਿਸਾਨਾਂ ਦਾ ਮੁੱਦਾ ਤਾਂ ਰੇ ਬੀਜੇਪੀ ਤੁਸੀਂ ਪੰਜਾਬ ਦੀ ਇਹ ਬਦਕਿਸਮਤੀ ਆ ਸਾਡੀ ਜੀ ਬੀਜੇਪੀ ਪੰਜਾਬ ਦੀ ਜਿਹੜਾ ਕਾਰਜਕਰਤਾ ਕੰਮ ਕਰਨ ਵਾਲਾ ਜੀ ਉਹਨਾਂ ਨੂੰ ਸਾਈਡ ਤੇ ਛੱਡ ਦਿੱਤਾ ਜਾਂਦਾ ਹੈਗਾ ਜਿਹੜੇ ਚਮਚੇ ਨੇ ਅੱਜ ਮੈਂ ਖੁੱਲ ਕੇ ਬੋਲ ਰਿਹਾ ਜੀ ਕੱਲ ਭਾਵੇਂ ਕੋਈ ਐਕਸ਼ਨ ਕਿਸੇ ਨੇ ਲੈਣਾ ਲਈ ਜਾਵੇ ਮੈਂ ਤਾਂ ਜਿਹੜੇ ਚਮਚੇ ਨੇ ਜਿਹੜੇ ਹੋਲਡਿੰਗ ਲਵਾ ਦਿੰਦੇ ਨੇ ਜਾਂ ਕੋਈ ਖਰਚਾ ਕਰਦੇ ਨੇ ਉਹਨਾਂ ਨੂੰ ਮੂਰੇ ਲਿਆ ਜਾਂਦਾ ਨਾ ਜੀ ਇਹ ਹਾਲ ਹੈ ਰਹੀ ਹੈ ਪੰਜਾਬ 'ਚ ਪਹਿਲਾਂ ਬੜੀ ਵਧੀਆ ਲੀਡਰਸ਼ਿਪ ਚੱਲੀ ਹੈ ਮੈਂ ਕਿਸੇ ਕਈ ਜੇ ਪੰਜਾਬ ਪ੍ਰਧਾਨ ਰਹੇ ਬੜੇ ਰਹੇ ਕਤਨਾ ਜੀ ਰਹੇ ਵਰਮਾ ਜੀ ਰਹੇ ਬੰਸਰ ਸਾਹਿਬ ਰਹੇ ਅਰੋੜਾ ਜੀ ਗਏ ਨੇ ਉਸ ਤੋਂ ਬਾਅਦ ਤਾਂ ਕਹਾਣੀ ਬਸ ਇਸ ਤਰ੍ਹਾਂ ਹੀ ਰਹਿ ਗਈ ਹੈ ਕਿਉਂਕਿ ਮੇਨ ਮੁੱਦਾ ਹੈ ਕਾਰਿਆਕਰਤਾ ਨੂੰ ਤਵੱਜੋ ਦਿਓ ਜੀ ਹੁਣ ਮੇਰੀ ਗੱਲ ਸੁਣੋ ਸਾਡਾ ਆਤਮਨਗਰ ਹਲਕਾ ਪੱਠਾ ਬਿਠਾਇਆ ਹੈ ਅੱਜ ਬੁਰੀ ਲਗਣੀ ਹੈ ਜਿਨੇ ਵੀ ਇਹ ਵੀਡੀਓ ਸੁਣਨੀ ਹੈ ਸਾਡੇ ਬੀਜਪੀ ਵਾਲਿਆਂ ਮੈਨੂੰ ਦੱਸੋ ਕਿਹੜਾ ਤੁਹਾਡਾ ਵਰਕਰ ਆ ਗਿਆ ਇੱਥੇ ਐਕਟਿਵ ਬੀਜਪੀ ਦੇ ਪ੍ਰਧਾਨ ਤਾਂ ਕਹਿੰਦੇ ਅਸੀਂ 6 6 ਸੀਟਾਂ ਜਿੱਤਾਂਗੇ ਸ਼ਹਿਰ ਵਾਲੀਆਂ ਉਹ ਜਿੱਤਨ ਨੂੰ ਤਾਂ 6 ਕਿਉਂ ਸਾਰਾ ਪੰਜਾਬ ਜਿੱਤੀਏ ਕੁਝ ਸੁਧਾਰਤਾ ਕਰੋ ਕਿੱਥੇ ਬੈਠੇ ਆ ਅਸੀਂ ਜੀ ਸਾਡੇ ਮੈਂ ਤੁਹਾਨੂੰ ਆਤਮਨਗਰ ਹਲਕੇ ਦੀ ਇਹ ਕਿਉਂ ਨ ਜਾਣ ਕੇ ਇਹ ਹਲਕੇ ਦਾ ਬੇੜਾਗਰ ਕੀਤਾ ਵੱਡੇ ਵੱਡੇ ਲੀਡਰ ਹੋਰ ਬੈਠੇ ਨੇ ਜੀ ਕੰਮ ਕਰਨ ਵਾਲੇ ਉਹਨਾਂ ਨੂੰ ਲਿਆਇਆ ਲਿਆਇਆ ਨਹੀਂ ਜਾਂਦਾ ਹੈਗਾ ਜੀ ਜੀ ਕਹੀਂ ਬੈਠੇ ਨੇ ਜਿਹੜੇ ਡਾਡੇ ਨੇ ਜਿਹੜੇ ਨਾ ਐਂ ਕਹਿੰਦੇ ਨੇ ਆਹ ਬਈ ਕਿੱਥੋਂ ਬੋਲਿਆ ਕਹਿੰਦਾ ਕਹਿੰਦਾ ਜੀ ਮੈਂ ਐਸ ਡੀਓ ਬੋਲਿਆ ਉਹ ਕਹਿੰਦਾ ਮੇਰਾ ਬੰਦਾ ਆ ਰਿਹਾ ਕੰਮ ਕਰੀ ਜੀ ਜੀ ਇਹੋ ਜਿھے ਬੈਠੇ ਨੇ ਮੈਂ ਤੁਹਾਨੂੰ ਦੱਸਦਾ ਭਾਜਪੀ ਛੇ ਪੂਰਾ ਪੰਜਾਬ ਜਿੱਤੇ ਕੁਝ ਕਰੇ ਤਾਂ ਲੋਕਾਂ ਲਈ ਕੱਲੀ ਆਪਾਂ ਸੈਲਫੀਆਂ ਛੁਪਾ ਲਿਆ ਫੇਸਬੁੱਕਾਂ ਤੇ ਪਾਤੀਆਂ ਉਹ ਕੋਈ ਕੰਮ ਕਰੋ ਕਾਰਨ ਕੀ ਸਮਝਦੇ ਹੋ ਗੁਰਗੱਬ ਕੀ ਕਾਰਨ ਹੈ ਪਿਛਲਾ ਕਾਰਨ ਕਿਉਂਕਿ ਮੈਂ ਦੁਬਾਰਾ ਸਵਾਲ ਕਰੂੰਗਾ ਵੀ ਭਾਜਪਾ ਇੱਕ ਡਿਸਪਲਨ ਪਾਰਟੀ ਹੈ ਜਿਹਦੇ ਵਿੱਚ ਡਿਸਪਲਨ ਦੇ ਵਿੱਚ ਰਹਿ ਕੇ ਭਾਜਪਾ ਅੱਗੇ ਨੂੰ ਵੱਧਦੀ ਜਾ ਰਹੀ ਹੈ ਪਰ ਇੱਥੇ ਪੰਜਾਬ ਚ ਲੋਕਧਾਨੇ ਵਿੱਚ ਕੁਝ ਹੋਰ ਹੀ ਨਜ਼ਰ ਆ ਰਿਹਾ ਹੈ ਕੀ ਕਾਰਨ ਹੈ ਇਹਦਾ ਦੇਖੋ ਇਹਦੇ ਚ ਕੋਈ ਸੱਕ ਨਹੀਂ ਭਾਜਪਾ ਅਨੁਸ਼ਾਸਨ ਵਾਲੀ ਪਾਰਟੀ ਹੈ ਜੀ ਦੇਖੋ ਇਹਦੇ 'ਚ ਕੋਈ ਬਰਾਈ ਨਹੀਂ ਆ ਗਈ ਬਿਲਕੁਲ ਰਹੀ ਇੱਥੇ ਦੀ ਗੱਲ ਹੈਗੀ ਅੱਗੇ ਕਿਉਂ ਨਹੀਂ ਲਿਆਏ ਜਾ ਰਹੇ ਦੇਖੋ ਜੈਸੀ ਕਿਸੇ ਦਾ ਕੰਮ ਕਰਾਂਗੇ ਬਦਕਿਸਮਤ ਯਰੇ ਪਹਿਲਾਂ ਸਾਡਾ ਰਿਲਾਇੰਸ ਰਿਹਾ ਅਕਾਲੀਆਂ ਨਾਲ ਉਹਨਾਂ ਨੇ ਸਾਨੂੰ ਦਬਾ ਕੇ ਰੱਖਿਆ ਸਾਡਾ ਲੀਡਰ ਕੋਈ ਬੋਲਿਆ ਹੀ ਨਹੀਂ ਹੈਗਾ ਜਿਵੇਂ ਉਹ ਪਾੜਾ ਪੜਦੇ ਸੀ ਪੜ ਲੈਂਦੇ ਸੀਗੇ ਲੋਕਾਂ ਦਾ ਕੰਮ ਹੋਇਆ ਨਹੀਂ ਅੱਜ ਕਹਿੰਦੇ ਸੀ ਇਕੱਲੇ ਲੜਨਾ ਉਹ ਇਕੱਲੇ ਤਾਂ ਅਸੀਂ ਲੜਾਂਗੇ ਇਹਦੇ 'ਚ ਕਿਹੜਾ ਕੋਆ ਸਾਡੇ 'ਚ ਬੜੀ ਪਾਵਰ ਹੈਗੀ ਜਿਹੜੇ ਵਧੀਆ ਬੰਦੇ ਬੈਠੇ ਆ ਕੱਡੋਵਾਰ ਜੀ ਸਫਾਰਸੀ ਨਾਲ ਲਿਆਓ ਨਾ ਉਹਦਿਆਂ ਤੇ ਸੋ 파ਰਸੀ ਲਿਆਣਗੇ ਜਿਨੇ ਨੇ ਕੀਤਾ ਹੀ ਕੁਛ ਨਹੀਂ ਹੈਗਾ ਜੀ ਜਿਹਨੂੰ ਉਹੜਾੜਾ ਹੀ ਨਹੀਂ ਪਤਾ ਹੈਗਾ ਜੀ ਜੀ ਮੈਂ ਬੀਜੇਪੀ ਪਾਰਟੀ ਚੋਂ ਮੇਰੀ ਅੱਜ ਚੌਥੀ ਪੋਸਤ ਹੈ ਚਾਰ ਪੋਸਤਾਂ ਮੇਰੇ ਤਾਇਆ ਜੀ ਨੇ ਜੇਲ ਕੱਟੀ ਹੋਇਆ ਅਟਲ ਬਿਹਾਰੀ ਵਾਚਪਈ ਨਾਲ ਜੀ ਲੱਗੀ ਸਮਝ ਤੁਹਾਨੂੰ ਮੈਂ ਦੱਸ ਇਹ ਵੈਲਿਊ ਨਹੀਂ ਪਾਉਂਦੇ ਕਿਸੇ ਚ ਪਹਿਲੀ ਵਾਰ ਤਾਂ ਕਾਮਾਲੇ ਵੀ ਨਹੀਂ ਵੈਲਿਊ ਪਾਉਂਦੇ ਨੇ ਵਧੀਆ ਵਧੀਆ ਜੀ ਲੀਡਰ ਜਿਹੜੇ ਪਏ ਨੇ ਇੱਕ ਸਾਈਡ ਤੇ ਕੀਤੇ ਹੋਏ ਨੇ ਲਿਆਓ ਉਹਨਾਂ ਨੂੰ ਜੀ ਜੀ ਲੋਕਾਂ ਦੇ ਕੰਮ ਕਰੋ ਹਰ ਵਾਰਡ ਚ ਮੈਂ ਕਹਿੰਦਾ ਹਰ ਹਲਕੇ ਚ ਇੱਕ ਆਫਿਸ ਬੀਜੇਪੀ ਖੋਲੇ ਤੁਹਾਡੇ ਚ ਗੱਡਸ ਨਹੀਂ ਹੈਗੇ ਤੁਸੀਂ ਵਧੀਆ ਕੰਮ ਕਰੋਗੇ ਹਰ ਅਫਸਰ ਤੁਹਾਡੀ ਗੱਲ ਸੁਣਦਾ ਇਹ ਨਹੀਂ ਕੋਈ ਅਫਸਰ ਐਵਜਾ ਨਹੀਂ ਹੈਗਾ ਨਹੀਂ ਸੁਣਦਾਗਾ ਤੁਸੀਂ ਗੱਡਸ ਲਿਆ ਹੋ ਨਾ ਤੁਸੀਂ ਅਕਾਲੀ ਭਾਜਪਾ ਸਰਕਾਰ ਦੀ ਗੱਲ ਕੀਤੀ ਹੈ ਵੀ ਉਸ ਸਮੇਂ ਥੱਲੇ ਲੱਗੇ ਰਹੇ ਆ ਤੁਹਾਨੂੰ ਨਹੀਂ ਲੱਗਦਾ ਵੀ ਉਸ ਸਮੇਂ ਜੇ ਸਾਨੂੰ ਭਾਜਪਾ ਨੂੰ ਉਸ ਸਮੇਂ ਡਿਪਟੀ ਸੀਐਮ ਦੀ ਕੁਰਸੀ ਮਿਲ ਜੰਦੀ ਤੇ ਅੱਜ ਹਾਲਾਤ ਕੁਛ ਹੁੰਦੇ ਉਸ ਟਾਈਮ ਇੱਕ ਸੱਤਾ ਦੀ ਭੁੱਖ ਕਹੂੰਗਾ ਮੈਂ ਸਿੱਧੇ ਤੌਰ ਤੇ ਵੀ ਸੱਤਾ ਦੀ ਭੁੱਖ ਕਰਕੇ ਭਾਜਪਾ ਨਾਲ ਤੁਰੇਗੀ ਪਰ ਉਹਨੇ ਆਪਣੇ ਆਪਣਾ ਪੁੱਤਰ ਉੱਚਾ ਚੱਕਣ ਦੀ ਕੁਛ ਨਹੀਂ ਕੀਤਾ ਹੈਗਾ ਦੇਖੋ ਆਈ ਵੱਧ ਕੇ ਸਮਤੀ ਹੈਗੀ ਜਦੋਂ ਸਾਡਾ ਗੱਟਬੰਧਨ ਸੀਗੇ ਸਾਡੀ ਮੈਜੋਰਟੀ ਘੱਟ ਸੀਗੀ ਉਹ ਸਾਡੇ ਤੇ ਦਬਾਅ ਪਾਉਂਦੇ ਹੁੰਦੇ ਸੀਗੇ ਇਸ ਕਰਕੇ ਅਸੀਂ ਅੱਗੇ ਵਧ ਨਹੀਂ ਸਕੇ ਅੱਛਾ ਕੁਝ ਬਦਕਿਸਮਤੀ ਸਾਡੀ ਜਿਹੜੀ ਪੰਜਾਬ ਲੈਵਲ ਦੀ ਪ੍ਰਧਾਨਗੀਆਂ ਦੀ ਸੀਗੀ ਉਹ ਪੂਰੀ ਰਿਪੋਰਟ ਸਰਕਾਰ ਨੂੰ ਨਹੀਂ ਪਹੁੰਚਾਉਂਦੇ ਸੀ ਕੇਂਦਰ ਨੂੰ ਨਹੀਂ ਪਹੁੰਚਾਉਂਦੇ ਸੀ ਹੁਣ ਦੇਖ ਲਓ ਕੀ ਹਾਲ ਹੈ ਹਾਲ ਕੀ ਹੈ ਅੱਜ ਕਿਸਾਨ ਜੇ ਉੱਥੇ ਬੈਠਿਆ ਹੈਗਾ ਕਿਹੜਾ ਬੀਜੇਪੀ ਲੀਡਰ ਉਹਨਾਂ ਕੋਲ ਗਿਆ ਕਿਹੜਾ ਪਿੰਡਾਂ 'ਚ ਡਰਦੇ ਸੀਗੇ ਅਸੀਂ ਸਾਨੂੰ ਭੇਜਦੇ ਨਹੀਂ ਸੀ ਅਕਾਲੀਆਂ ਤੋਂ ਡਰ ਕੇ ਕਿਸਾਨ ਦਾ ਬੇਕੂਫ ਹੈ ਅੱਜ ਜਿਹੜੇ ਲਖਸਾਂ ਉਹ ਦੇਖ ਲੋ ਕੀ ਐ ਕਿਵੇਂ ਭਜਾਇਆ ਸਾਨੂੰ ਜੇ ਅਸੀਂ ਅੱਜ ਲੋਕਾਂ 'ਚ ਵਿਚਰਦੇ ਸਾਨੂੰ ਕਿਸੇ ਨੇ ਨਹੀਂ ਭਜਾਣਾ ਸੀਗਾ ਹਾਂ ਇਹ ਐ ਕਿਸਾਨ ਘਟ ਸੀ ਤੇ ਪੋਲਿਟਿਸਨ ਜਿਹੜੀ ਸਾਡੀਆਂ ਪਾਰਟੀਆਂ ਨੇ ਜਿਹੜੇ ਹੋਰ ਵਿਪੱਖਸ਼ ਹੈ ਉਹ ਜਾਦੇ ਸੀਗੇ ਕੋਈ ਨਾ ਇਹਨੂੰ ਮੈਨੇਜ ਵੀ ਤਾਂ ਪੋਲਿਟਿਕਲ ਪਾਰਟੀ ਨਹੀਂ ਕਰਦਾ ਹੁੰਦਾ ਮੰਨ ਲਓ ਜੇ ਉਧਰ ਤੁਹਾਡੀ ਗੱਲ ਨਾਲ ਮੈਂ ਸਹਿਮਤ ਆਂ ਵੀ ਕਿਸਾਨਾਂ ਦੇ ਨਾਲ ਪੋਲਿਟਿਕਲ ਪਾਰਟੀਆਂ ਰਲ ਗਈਆਂ ਉਹਨਾਂ ਨੇ ਆਪਣੇ ਬੈਨੀਫਿਟਸ ਦੇਖ ਕੇ ਪਰ ਬੀਜੇਐਨਪੀ ਨੂੰ ਇਹ ਅਜਿਹੀ ਕੋਈ ਰਣਨੀਤੀ ਅਪਣਾਉਣੀ ਚਾਹੀਦੀ ਸੀ ਜਿਨ੍ਹਾਂ ਉਹ ਇਹਨਾਂ ਪੋਲਿਟਿਕਲ ਪਾਰਟੀਆਂ ਨੂੰ ਸਾਈਡ ਲਾਈਨ ਕਰਕੇ ਕਿਸਾਨਾਂ ਨਾਲ ਸਿੱਧਾ ਰابطਾ ਤੈਅ ਕਰਦੀਆਂ ਤੁਹਾਨੂੰ ਮੈਂ ਦੱਸ ਦਵਾਂ ਜੀ ਸਾਡੇ ਜਿਹੜੇ ਪੰਜਾਬ ਦੇ ਲੈਵਲ ਚਲੋ ਲੁਧਿਆਣਾ ਦਾ ਛੱਡ ਦੋ ਜਿਲ੍ਹਾ ਪੱਤਰ ਤੇ ਜੋ ਕਰਦੇ ਆ ਸਫਾਰਸ਼ਾਂ ਕੀਤੀਆਂ ਜੋ ਕੀਤੀਆਂ ਕਰੀ ਜਾਂਦੋ ਸਾਨੂੰ ਉਸ ਤੇ ਲਈ ਮੇਨ ਮੁੱਦਾ ਪੰਜਾਬ ਲੈਵਲ ਦਾ ਹੋਂ ਤੁਸੀਂ ਦੇਖੋ ਸਾਡੇ ਪੰਜਾਬ ਲੈਵਲ 'ਚ ਕਈ ਕਾਰਜਕਾਰਨੀ ਮੈਂਬਰ ਜਿਹੜੇ ਅਹੁਦੇਦਾਰ ਨੇ ਐਵੇਂ ਪਾਈਆਂ ਨੇ ਕੁਝ ਕਰਨਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਸਿਫਾਰਸ਼ ਆ ਜਾਂਦੇ ਨੇ ਅਹੁਦੇ ਦੇ ਦਿੱਤੇ ਜਾਂਦੇ ਨੇ ਮੈਨੂੰ ਇੱਕ ਜਵਾਬ ਤਾਂ ਦੇਵੇ ਆ ਵੀਡੀਓ ਸੁਣ ਕੇ ਜਵਾਬ ਦੇ ਦਿਓ ਮੇਰੇ ਨਾਲ ਕਿਸੇ ਨੂੰ ਵੱਡੇ ਨੂੰ ਬੁਲਾ ਕੇ ਮੀਟਿੰਗ ਕਰਾ ਲਿਓ ਵੀ ਕੀ ਕਰ ਰਹੇ ਹੋ ਤੁਸੀਂ ਪਹਿਲਾਂ ਆਪਾਂ ਪੰਜਾਬੀਆਂ ਲਈ ਆਪਣੇ ਪੰਜਾਬ ਲਈ ਕੁਸ਼ਤਾ ਕਰੀਏ ਜੀ ਉਹ ਆਪਾਂ ਕਰਨਾ ਕੋਈ ਨਹੀਂ ਹੈਗਾ ਜੀ ਗੁਰੇ ਸਾਹਿਬ ਜਦੋਂ ਪੰਜਾਬ ਦੇ ਵਿੱਚ ਕਿਸਾਨ ਜਿੱਥੇ ਬੰਦੇ ਧਰਨੇ ਮਾਰੇ ਪ੍ਰਦਰਸ਼ਨ ਕੀਤੇ ਸ਼ਾਂਤਮਈ ਸੀਗੇ ਤੇ ਸਾਡੇ ਕਈ ਵੱਡੇ ਬੀਜੇਪੀ ਲੀਡਰਾਂ ਨਾਲ ਉਸ ਟਾਈਮ ਇੰਟਰਵਿਊ ਹੋਈਆਂ ਉਹ ਸਮੇਂ ਇਹੀ ਕਹੀ ਗਏ ਅਸੀਂ ਕਿਸਾਨਾਂ ਵਿੱਚ ਜਾਵਾਂਗੇ ਅਸੀਂ ਕਾਨੂੰਨਾਂ ਦੇ ਫਾਇਦੇ ਦੱਸਾਂਗੇ ਅਸੀਂ ਪੰਜਾਬ ਕਿਸਾਨਾਂ ਵਿੱਚ ਜਾਵਾਂਗੇ ਪਰ ਉਹ ਤਾਂ ਕਿਸਾਨਾਂ ਦੇ ਵਿੱਚ ਨਹੀਂ ਗਏ ਪਰ ਕਿਸਾਨ ਥੱਕ ਹਾਰ ਕੇ ਦਿੱਲੀ ਪਹੁੰਚ ਗਏ ਨੇ ਦੇਖੋ ਆਈ ਸਭ ਤੋਂ ਵੱਡੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੇਰੀ ਕਈ ਵੀਡੀਓ ਮੈਂ ਪਾਈਆਂ ਨੇ ਜੇ ਬੀਜੇਪੀ ਦੇ ਲੀਡਰ ਕਿਸਾਨਾਂ ਨਾਲ ਬੈਠਦੇ ਗੱਲ ਕਰਦੇ ਉਹਨਾਂ ਕੋਲ ਜਾਂਦੇ ਕੀ ਉਹ ਪਾਗਲ ਨੇ ਕਿਸਾਨ 2-4 ਵਜੇ ਤੁਹਾਨੂੰ ਭਜਾ ਦਿੰਦੇ ਜੀ ਤੁਸੀਂ ਤਾਂ ਗਏ ਨਹੀਂ ਗੱਲਾਂ ਬਾਤਾਂ ਸਪੀਚ ਦੇਤੀਆਂ মিডিਆ ਆ ਗਿਆ ਗੱਲਾਂ ਕਰਤੀਆਂ ਤੁਸੀਂ ਮੇਰੇ ਨਾਲ ਨਾਰਾਜ਼ ਹੋ ਜੀ ਇੱਕ ਵਾਰੀ ਜਾਵਾਂਗਾ ਚਾਰ ਗੱਲਾਂ ਹੀ ਸੁਣਾਓਗੇ ਤੁਸੀਂ ਜੀ ਦੂਜੀ ਵਾਰੀ ਜਾਵਾਂਗਾ ਤੁਸੀਂ ਢਿੱਲੇ ਆਉਗੇ ਤੀਜੀ ਵਾਰੀ ਜਾਵਾਂਗਾ ਤੁਸੀਂ ਗੱਲ ਵੀ ਲਾ ਲੋਗੇ ਹਾਂ ਯਾਰ ਇਹਦੀ ਗੱਲ ਸੁਣੀਏ ਜੇ ਅੱਜ ਪੰਜਾਬ ਦੇ ਕਿਸਾਨ ਕੋਲ ਸਾਡੇ ਪੰਜਾਬ ਦੇ ਲੀਡਰ ਕਿੱਥੇ ਬੈਠੇ ਨੇ ਕਿੱਥੇ ਸੁੱਤੇ ਪਏ ਨੇ ਮੈਨੂੰ ਦੱਸੋ ਜੀ ਸਾਡੇ ਪੰਜਾਬ ਪ੍ਰਧਾਨ ਜੀ ਕਿੱਥੇ ਸੁੱਤੇ ਪਏ ਨੇ ਉਹ ਤਾਂ ਜਦੋਂ ਫਿਰ ਕਹਿੰਦੇ ਸਾਨੂੰ ਭਜਾਉਂਦੇ ਨੇ ਵਰਕਰ ਸਾਹਿਬ ਜਦੋਂ ਆਉਂਦੇ ਆ ਲੁਧਿਆਣਾ ਹੀ ਕਈ ਵਾਰ ਆਇਆ ਤੇ ਵੱਡੀ ਇੱਕ ਸੁਰੱਖਿਆ ਛਤਰੀ ਹੀਟ ਆਉਂਦੇ ਆ ਸੁਰੱਖਿਆ ਛਤਰੀ ਹੀ ਚਲੇ ਜਾਂਦੇ ਨੇ ਮੈਂ ਤਾਂ ਹਾਲਾਤ ਇਹ ਹੁੰਦੇ ਨੇ ਜੇ ਸਰਕਲ ਆਫਿਸ ਵਿੱਚ ਬੈਠੇ ਨੇ ਸਰਕਲ ਆਫਿਸ ਦਾ ਗੇਟ ਲੌਕ ਕਰ ਦਿੱਤਾ ਜਾਂਦਾ ਉਸ ਸਮੇਂ ਭਰਾ ਜੀ ਆਈ ਚੀਜ਼ਾਂ ਦੇਖ ਕੇ ਛੋਟੇ ਵਰਕਰ ਨੂੰ ਇੱਥੇ ਜਿਹੜਾ ਕਿ ਇਮੋਸ਼ਨਲੀ ਬਲੈਕਮੇਲ ਹੋਇਆ ਉਹਦੀ ਉਹਦਾ ਗਲਾਬ ਗਿਰਿਆ ਜਦ ਵੱਡੇ ਦਾ ਹਾਲ ਹੈ ਛੋਟਾ ਕੀ ਕਰੂਗਾ ਦੇਖੋ ਅੱਜ ਮੈਂ ਕੋਈ ਕੰਮ ਕਰਾਂਗਾ ਮੈਂ ਵੱਡੇ ਲੀਡਰ ਨੂੰ ਕਹਾਂਗਾ ਮੈਨੂੰ ਸੰਭ ਨਾਲਾ ਮਿਲੂਗਾ ਕੋਈ ਸੰਭ ਨਾਲਾ ਸਾਡਾ ਵੱਡਾ ਲੀਡ ਵੱਡਾ ਲੀਡਰ ਹੋਊਗਾ ਤਾਂ ਹੀ ਸੰਭੈ ਜਾਊਗਾ ਨਾ ਤੇ ਵੱਡਾ ਲੀਡਰ ਹੀ ਹੁਣ ਇਹ ਹੀ ਕਹਿ ਸਕਦਾ ਮਾਤਾ ਦਾ ਮਾਲੀ ਨੇ ਗੱਲ ਤੁਸੀਂ ਵੀ ਇਹੀ ਗੱਲ ਕੀਤੀ ਵੀ ਇਹ ਪਹਿਲੀ ਵਾਰ ਜਾਈਏ ਬੰਦਾ ਗੁੱਸੇ ਹੁੰਦਾ ਦੂਜੀ ਵਾਰ ਜੇ ਗੁੱਸਾ ਢਾਲੇ ਨਾ ਤੀਜੀ ਵਾਰ ਗੱਲ ਲੋਂਦਾ ਚੌਥੀ ਵਾਰ ਗੱਲ ਸਿਰੇ ਲੱਗ ਜਾਂਦੀ ਆ ਪਰ ਜਦੋਂ ਇਹ ਗੱਲਾਂ ਤੁਰੀਆਂ ਗੱਲ ਸਿਰੇ ਲੱਗਣ ਤੋਂ ਗੱਲ ਆਉਂਦੀ ਸੀ ਜਦ ਪੰਜਾਬ ਪੰਜਾਬ ਦੇ ਲੀਡਰ ਖਾਸ ਤੋ ਤੇ ਦਿੱਲੀ ਬੈਠ ਨੇ ਭਮਾ ਹਰਜੀਤ ਗਰੇਵਾਲ ਹੁਣ ਜਾਂ ਹੋਰ ਲੀਡਰ ਹੁਣ ਉਹ ਕੋਈ ਨਾ ਕੋਈ ਬਿਆਨ ਜੇਹਾ ਛੱਡ ਦਿੰਦੇ ਸੀ ਵਿੱਚੋਂ ਗੱਲਬਾਤ ਫੇਰ ਕਿਤਨਾ ਕਿ ਸਿਰੇ ਲੱਗਣ ਤੋਂ ਖੁਸ਼ੀ ਜਾਂਦੀ ਸੀ ਉਹ ਆਪਾਂ ਪ ਜਿਹੜੇ ਪੰਜਾਬ ਨੇ ਕਿਸਾਨਾਂ ਨੂੰ ਪੰਜਾਬ ਸੀ ਸਟਾਰਟਿੰਗ ਕਿੱਥੋਂ ਹੋਈ ਸੀ ਕਿਸਾਨਾਂ ਦੀ ਆਪਣੇ ਪੰਜਾਬੀਆਂ ਤੋਂ ਪੰਜਾਬ ਤੋਂ ਹੋਈ ਸੀ ਸਾਡੇ ਲੀਡਰ ਉਦੋਂ ਕਿੱਥੇ ਸੀਗੇ ਅਜ ਇੰਨਾ ਮੌਲ ਕਿਉਂ ਪੰਜਾਬ ਦਾ ਖਰਾਬ ਹੋਇਆ ਕਿਉਂ ਕਿਸਾਨ ਉੱਥੇ ਗਿਆ ਜਦ ਕਿਸਾਨ ਭਰਾ ਸਾਡੇ ਇੱਥੇ ਵਾਰਨਿੰਗ ਦੇ ਰਹੀ ਸੀ ਵੀ ਸੋਚੋ ਸੋਚੋ ਜਿਹੜੀ ਸਾਡੀਆਂ ਕਾਂਗਰਸ ਪਾਰਟੀਆ ਹੋਰ ਪਾਰਟੀਆ ਕਰ ਲਈ ਸੀ ਗਿਆ ਬੀਬੀ ਨੇ ਅਸਤੀਫਾ ਦਿੱਤੇ ਨੇ ਜਦ ਕਿ ਉਹ ਨਹੀਂ ਸੰਭਾਲੇ ਗਏ ਨੇ ਕਿਉਂ ਨਹੀਂ ਗਏ ਬੀਜੇਪੀ ਵਾਲੇ ਲੀਡਰ ਵੱਡੇ ਉਹਨਾਂ ਕੋਲ ਪਿੰਡਾਂ 'ਚ ਹੀ ਜਾਂਦੇ ਕਿਤੇ ਕਤਲ ਕਰ ਦੇਣਾ ਸੀ ਇਹ ਕਿਸਾਨ ਦਾ ਕਿਸਾਨ ਨਾ ਇੱਕ ਨਾ ਬਹੁਤ ਅੱਛਾ ਇਨਸਾਨ ਉਹ ਕਹਿੰਦਾ ਗੰਨਾ ਨਹੀਂ ਦੇਣਾ ਪਹਿਲੀ ਥੋੜਾ ਜਿਆ ਜਿੱਦੀ ਹੁੰਦੇ ਨੇ ਕਿਸਾਨ ਪਿਆਰ ਬੜਾ ਗੰਨਾ ਨਹੀਂ ਦੇਣਾ ਪਹਿਲੀ ਦੇ ਦਿੰਦੇ ਹੁੰਦੇ ਨੇ ਜੀ ਜੇ ਤੁਸੀਂ ਜਾਂਦੇ ਨਾ ਤੁਹਾਡੀ ਝੋਲੀ 'ਚ ਸਾਰਾ ਕੁਝ ਪਾ ਦੇਣਾ ਸੀ ਆ ਜਿਹੜੇ ਨਾ ਬਾਦਚੇ ਫਿਰ ਪੋਲਿਟਿਸਨਾਂ ਲੈ ਲੈਣੇ ਸੰਭਾਲ ਲੈਣਾ ਇਹਨਾਂ ਦਾ ਮੁੱਦਾ ਉਹ ਨਹੀਂ ਸੰਭਲਦੇ ਭਾਵੇਂ ਭਾਬੀ ਜਦੋਂ ਅਕਾਲੀਵਲ ਨੇ ਅਸਤੀਫੇ ਦਿੱਤੇ ਆ ਤੋਂ ਬਾਹਰ ਆਏ ਨੇ ਕਿਤਨਾ ਕਿਤੇ ਅਕਾਲੀਵਲ ਨੂੰ ਲੱਗਿਆ ਵੀ ਹੁਣ ਵੀ ਸਾਨੂੰ ਸੈਟਬੈਕ ਲੱਗੂਗਾ ਉਸ ਸਮੇਂ ਭਾਜੀਪੀ ਲੀਡਰ ਨੂੰ ਸਮਝਣਾ ਚਾਹੀਦਾ ਸੀਗਾ ਭਾਵੇਂ ਰਾਜਨੀਤੀ ਹੀ ਲਈ ਹੀ ਨਹੀਂ ਰਾਜਨੀਤੀ ਲਈ ਹੀ ਸਹੀ ਕਿਸਾਨਾਂ ਨਾਲ ਗੱਲਬਾਤ ਪੰਜਾਬ ਲਈ ਜਦੋਂ ਉਸ ਸਮੇਂ ਕਰ ਲੈਣੀ ਚਾਹੀਦੀ ਸੀ ਬਿਲਕੁਲ ਜਦੋਂ ਅਸਤੀਫੇ ਦਿੱਤੇ ਨੇ ਜਦੋਂ ਇਹ ਸਾਰਿਆਂ ਨੂੰ ਜਾਣੇ ਚਾਹੀਦੇ ਸੀ ਆਪਣੇ ਕਾਰਜਕਰਤਾ ਨੂੰ ਕਹਿਣਾ ਚਾਹੀਦਾ ਸੀ ਉਹਨਾਂ ਨੂੰ ਕਹਿੰਦੇ ਜਾਓ ਵੀ ਤੁਸੀਂ ਸਮਝਾਓ ਮੈਂ ਫਿਰ ਉਸੇ ਮੁੱਦੇ ਤੇ ਆ ਰਿਹਾ ਕਿਸਾਨ ਸਾਡਾ ਨਹੀਂ ਪਾਗਲ ਹੈ ਬਿਲ ਵੀ ਅੱਛੇ ਹੈਗੇ ਬੀਲ 'ਚ ਕੁਝ ਕਮੀਆਂ ਨੇ ਜਿਹਦੇ ਕਰਕੇ ਜਿੱਦ 'ਚ ਬੈਠੇ ਨੇ ਸਾਡੇ ਕਿਸਾਨ ਪਰ ਕੁਝ ਅੱਜ ਦਾ ਜਿਹੜਾ ਮਾਹੌਲ ਕਿਸਾਨਾਂ ਦਾ ਉਹ ਪੋਲਿਟਿਸਨਾਂ ਨੇ ਹਾਈਜੈਕ ਕਰ ਲਿਆ ਜੀ ਜੀ ਬਿਲਕੁਲ ਕਿਉਂਕਿ ਇਹ ਹੈ ਮੈਂ ਤਾਂ ਹੁਣ ਵੀ ਉਹਨਾਂ ਨੇ ਜੋ ਮਰਜ਼ੀ ਕਰ ਲਿਆ ਮੇਰੀ ਮੋਦੀ ਸਾਹਿਬ ਨਾਲ ਹੱਥ ਜੋੜ ਕੇ ਬੇਨਤੀ ਹੈਗੀ ਹੈ ਤੁਸੀਂ ਆਪ ਨਰਮ ਹੋ ਕੇ ਕਿਸਾਨਾਂ ਨੂੰ ਇੱਕ ਵਾਰੀ ਫੇਰ ਕੇਂਦਰ ਸਰਕਾਰ ਨੂੰ ਚਾਹੀਦਾ ਕਿਸਾਨ ਜਿਹੜੇ ਜੱਥੇਬੰਦੀਆਂ ਮੇਨ ਜਿਹੜੇ ਅੱਛਿਆ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਜਿਹੜੇ ਬਿਲ ਚ ਕੋਈ ਸੰਸ਼ੋਧਨ ਹੈ ਜੇ ਪਹਿਲ ਸਾਡੇ ਮੋਦੀ ਸਾਹਿਬ ਕਰ ਲੈਣਗੇ ਸਾਡਾ ਪੰਜਾਬ ਵੀ ਖੁਸ਼ਹਾਲ ਹੋਊਗਾ ਪੰਜਾਬ ਦੀ ਬੀਜੇਪੀ ਵੀ ਖੁਸ਼ਹਾਲ ਹੋਊਗੀ ਪੰਜਾਬ ਦੀ ਜਨਤਾ ਵੀ ਤੁਹਾਨੂੰ ਮੈਂ ਦੱਸ ਦਵਾਂ ਭਾਈ ਸਾਹਿਬ ਉਹ ਉੱਥੇ ਬੈਠੇ ਨੇ ਪੰਜਾਬ ਦਾ ਇਸ ਟਾਈਮ ਹਾਲਾਤ ਮਾੜਿਆ ਸੋਸ਼ਲ ਮੀਡੀਆ ਦਾ ਹਾਲ ਦੇਖ ਲੋ ਸਾਡੇ ਭਾਈਚਾਰਿਆਂ ਨੂੰ ਕਈਆਂ ਬਾੜ ਲੀਆਂ ਤਾਕਤਾਂ ਕਲੰਕਿਤ ਕਰਨਾ ਚਾ ਰਹੀਆਂ ਨੇ ਲੋਕ ਬਾਦ ਲੋਕ ਫੈਰਾ ਚੱਕ ਰਹੇ ਸਾਡੀ ਇਸ ਲੜਾਈ ਦਾ ਹਾਂ ਉਸ ਤੋਂ ਮੈਂ ਕਿਹਾ ਤੁਹਾਨੂੰ ਦੱਸ ਦਵਾਂ ਦੇਖੋ ਫੇਸਬੁੱਕ WhatsApp ਤੇ ਹੋਰ ਕਿਨੇ ਸੋਸ਼ਲ ਮੀਡੀਆ ਤੇ ਕੀ ਕੁਝ ਹੈ ਜੀ ਇਹ ਸਾਡਾ ਭਾਈਚਾਰਾ ਇਹ ਨਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਬਾੜਲੀ ਤਾਕਤਾਂ ਨੂੰ ਮੈਂ ਚੈਲੰਜ ਕਰਦਾ ਇਹ ਭਾਈਚਾਰਾ ਨਾ ਜਿੰਨਾ ਮਰਜੀ ਤੁਸੀਂ ਜੋੜ ਲਾ ਲਿਓ ਇਹ ਖਤਮ ਨਹੀਂ ਨੋ ਮਾਰ ਦਾ ਰਿਸ਼ਤਾ ਸਾਡਾ ਜੀ ਲੱਗੀ ਸਮਝ ਤੇ ਖਤਮ ਨਹੀਂ ਹੋ ਸਕਦਾ ਬਾਤ ਚ ਨਾ ਸਾਰੇ ਚੁੱਪ ਕਰਕੇ ਬੈਠਣਗੇ ਇਹੋ ਜਿਹੇ ਬੰਦੇ ਮੇਰੀ ਤੇ ਇੱਕੋ ਹੀ ਬੇਨਤੀ ਹੈ ਜਿਹੜੇ ਆ ਬਿਜ਼ਨਸ ਖਰਾਬ ਹੋ ਚੁੱਕੇ ਨੇ ਪੰਜਾਬ ਸਭ ਤੋਂ ਵਧੀਆ ਇੱਕ দান ਚ ਸਭ ਤੋਂ ਅੱਗੇ ਸੇਵਾ ਚ ਸਭ ਤੋਂ ਅੱਗੇ ਕਾਰੋਬਾਰ ਚ ਸਭ ਤੋਂ ਅੱਗੇ ਸੀਗਾ ਜਿਹੜਾ ਕਿਤੇ ਸਾਹਮਣੋਂ ਨਾ ਇੱਕ ਬਿਜ਼ਨਸਮੈਨ 5-10 ਹਜ਼ਾਰ ਕਿਸੇ ਨੂੰ ਦਿੰਦੇ ਲੈਂਦੇ ਨਾ ਕਦੀ ਸੋਚਦਾ ਹੀ ਨਹੀਂ ਸੀਗਾ ਕਿਉਂਕਿ ਕਮਾਈ ਸੀਗੀ ਇੱਥੇ ਲੰਗਰ ਚੱਲਦੀ ਸੀ ਸੇਵਾ ਚੱਲਦੀ ਸੀਗੀ ਅੱਜ ਬਿਜ਼ਨਸਾਂ ਦਾ ਪੰਜਾਬ 'ਚ ਹਾਲ ਮਾੜਾ ਹੋ ਗਿਆ ਮੇਰੇ ਸਾਰੇ ਪੰਜਾਬੀਆਂ ਨੂੰ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਮੁੱਦੇ ਨੂੰ ਜਲਦੀ ਤੋਂ ਜਲਦੀ ਆਪਣੀ ਜਿੱਦ ਛੱਡ ਕੇ ਹੱਲ ਕਰੋ ਨਹੀਂ ਤਾਂ ਪੰਜਾਬ ਜ਼ਰੂਰ ਤਬਾਹ ਹੋ ਜਾਊਗਾ ਇੱਥੋਂ ਬਿਜ਼ਨਸ ਚਲਾ ਜਾਊਗਾ ਸਭ ਇੱਕਮੁੱਝ ਪੋਸਟ ਤੇ ਕੀ ਫੇਸਬੁੱਕ ਤੇ ਉਹ ਕਿਸ ਨੇ ਪਾਇਆ ਹੋਇਆ ਹੈ ਸਿਗਾ ਬਹੁਤ ਹੋਈ ਪੈਟਰੋਲ ਕੀ ਮਾਰ ਅਬ ਕੀ ਵਾਰ ਮੋਦੀ ਸਰਕਾਰ ਸੋ ਗੱਲ ਕਰਾਂਗੇ ਜਿਹੜੀ ਬੀਜੇ ਕਾਂਗਰਸ ਸਰਕਾਰ ਜਾਣ ਦਾ ਮਤਲਬ ਮੇਨ ਸੀਗਾ ਜਿਹੜਾ ਘਟਾਲੇ ਕੀਤੇ ਕਾਂਗਰਸ ਸਰਕਾਰ ਨੇ ਪਲੱਸ ਉਹ ਪਲੱਸ ਮਹਿੰਗਾਈ ਮਹਿੰਗਾਈ ਦਾ ਇੱਕ ਵੱਡਾ ਮੁੱਦਾ ਲੈ ਕੇ ਬੀਜਪੀ ਜਨਤਾ ਵਿੱਚ ਗਈ ਸੀ ਸੋ ਅੱਜ ਤੁਸੀਂ ਦੇਖ ਸਕਦੇ ਹੋ ਪੈਟਰੋਲ ਦੇ ਰੇਟ ਕਿੱਥੇ ਹੈਗੇ ਨੇ ਆਲੂ ਪਿਆਜ਼ ਦਾਲਾਂ ਦੇ ਰੇਟ ਕਿੱਥੇ ਹੈਗੇ ਨੇ ਖਾਸ ਉਹ ਤੇ ਸਿਲੰਡਰ ਦੇ ਰੇਟ ਕਿਵੇਂ ਤੁਹਾਨੂੰ ਇੱਕ ਗੱਲ ਦੱਸੂਗਾ ਸੱਚੀ ਗੱਲ ਹੈਗੀ ਆ ਸਾਡੇ ਗਵਰਦ ਚੰਕਲ ਰਹਿੰਦੇ ਨੇ ਉਹ ਮੈਨੂੰ ਘਰੇ ਪੈਸੇ ਫੜਾ ਕੇ ਵੀ ਆ ਸਿਲੰਡਰ ਆਉਣਾ ਵਾ ਮੇਬੀ 765 ਰੁਪਏ ਫੜਾ ਕੇ ਵੀ ਆ ਸਿਲੰਡਰ ਆਉਣਾ ਵਾ ਸਿਲੰਡਰ ਵਾਲ ਨੂੰ ਪੈਸੇ ਦੇ ਦਿਓ ਸਿਲੰਡਰ ਵਾਲਾ ਆਇਆ ਜਦ ਮੈਂ 765 ਰੁਪਏ ਫੜਾਇਆ ਕਹਿੰਦਾ ਬਾਉ ਜੀ 50 ਰੁਪਏ ਹੋਰ ਦੇ ਦਿਓ ਮੈਂ ਕੀ ਗੱਲ ਹੋ ਗਈ ਕਹਿੰਦਾ 50 ਪੈਸੇ ਸਿਲੰਡਰ ਵੱਧ ਗਿਆ ਅੱਜ ਕਿੱਧਰ ਨੂੰ ਜਾ ਰਹੀ ਹੈ ਕਿਉਂਕਿ ਮਹਿੰਗਾਈ ਦੀ ਮਾਰ ਅਬ ਕੀ ਵਾਰ ਮੋਦੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਜੀ ਦੇਖੋ ਬਹੁਤ ਵਧੀਆ ਗੱਲ ਹੈ ਮਹਿੰਗਾਈ ਮਹਿੰਗਾਈ ਤਾਂ ਉੱਚ ਸੀਮਾ ਤੇ ਹੈਗੀ ਇਹਦੇ 'ਚ ਕੋਈ ਸਕਣੀ ਨਹੀਂ ਭਾਜੀਪੀ ਤਾਂ ਇਹਦਾ ਬੀਜਪੀ ਜੇ ਨੇ ਵੀ ਐਮਐਲ ਲਾ ਲਓ ਐਮਪੀ ਲਾ ਲਓ ਮੈਂ ਸਾਰੇ ਐਮਪੀਆ ਨੂੰ ਜਿੰਨੇ ਵੀ ਪਾਰਟੀਆਂ ਆਗੇ ਸੰਸਦ ਚੱਲ ਰਹੀ ਸੀ ਕਿਸਾਨਾਂ ਦਾ ਮੁੱਦਾ ਬਜਟ ਦਾ ਸਾਰਾ ਕੁਝ ਹੋਇਆ ਲੱਗੀ ਸਮਝ ਮੈਂ ਸਾਰੇ ਸੰਸਦਾਂ ਨੂੰ ਇਹ ਪੁੱਛਣਾ ਚਾ ਰਿਹਾ ਤੁਸੀਂ ਕੀ ਸੁੱਤੇ ਪਏ ਸੀਗੇ ਮਹंगाई ਮੈਂ ਤੁਹਾਨੂੰ ਦੱਸ ਦੇਣਾ ਚਾ ਰਿਹਾ ਜੀ ਤੇਲ ਸਰੋਂ ਦਾ ਜਿੰਨੇ ਵੀ ਖਾਦੇ ਪਰਦਾਤ ਨੇ ਜਿਹੜੇ ਓਇਲ ਨੇ ਉਹ ਤੁਸੀਂ ਲਾ ਲਓ ਜਿੱਦ ਦਿਨ ਦੇ ਕਿਸਾਨ ਧੰਨੇ ਤੇ ਬੈਠੇ ਤੇ ਉਸ ਤੋਂ ਲੈ ਕੇ ਅੱਜ ਤੱਕ 50 ਰੁਪਏ ਕਿਲੋ ਵਧ ਗਏ ਦਾਲਾਂ ਵਧ ਗਈਆਂ ਕੀ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਕੀ ਹਾਲ ਹੈ ਪਬਲਿਕ ਪਬਲਿਕ ਤੇ ਰਾਈ ਰਾਈ ਮਚਾਈ ਹੋਈ ਹੈ ਸਿਲੰਡਰ ਦੀ ਗੱਲ ਆਈ ਆ ਹੁਣ ਸਿਲੰਡਰ ਵਧਿਆ ਮੈਂ ਕਹਿੰਦਾ ਲੋਕੀ ਕਹਿੰਦੇ ਨੇ ਮਹਿੰਗਾਈ ਵਧ ਗਈ ਹੈ ਆਪਣਾ ਇਨਕਮ ਦੱਸੋ ਕਿਹੜੀ ਇਨਕਮ ਵਧੀ ਹੈ ਜੀ ਬਿਲਕੁਲ ਪਹਿਲਾਂ ਲੋਕਡਾਊਨ ਦੀ ਮਾਰ ਲੋਕਡਾਊਨ ਤੋਂ ਮਾੜਾ ਜਿਹਾ ਹੁਣ ਉਹ ਵੱਢਣਾ ਚਾਇਆ ਤੇ ਆ ਪੱਠਾ ਬਹਿ ਗਿਆ ਜੀ ਬਿਲਕੁਲ ਹੈ ਸਾਡੇ ਜਿਹੜੇ ਬੀਜੇਪੀ ਦੇ ਮੈਂ ਮੋਦੀ ਸਾਹਿਬ ਨੂੰ ਵੀ ਕਹਿ ਰਿਹਾ ਮੋਦੀ ਸਾਹਿਬ ਜਾਂ ਤਾਂ ਤੁਹਾਨੂੰ ਸਾਡੇ ਜਿਹੜਾ ਐਮਪੀ ਯਾ ਸਾਡੇ ਜਿਹੜਾ ਹਾਈ ਕਮਾਂਡ ਆ ਚੁੱਪ ਕਿਉਂ ਹੈ ਮੈਂ ਕਹਿੰਨਾ ਬੀਜਪੀ ਨੂੰ ਚਾਹੀਦਾ ਮੰਤਰੀ ਸੰਤੇ ਨੇ ਅਸਤੀਫਾ ਦੇਣ ਮੰਗਾਈ ਲਈ ਹੈ ਅੱਜ ਆਪਣੀ ਇਨਸਾਨੀਅਤ ਦਿਖਾਣ ਜੀ ਕਿੱਥੇ ਹੈ ਦੋਸਤੋ ਅਸਲ ਵਿੱਚ ਕੀ ਹੁੰਦਾ ਅਗਲੀ ਪੱਲੇ ਬੀਜੇਪੀ ਦੀ ਗੱਲ ਨਹੀਂ ਕਰੂੰਗਾ ਕਾਂਗਰਸ ਪਾਰਟੀ ਹੋਵੇ ਆ ਕੱਲੇ ਲੋ ਬੀਜੇਪੀ ਕੋਈ ਵੀ ਪਾਰਟੀ ਹੋਵੇ ਵਿੱਚ ਇਹ ਹੁੰਦਾ ਵਾ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਕਿਨਾਰੇ ਕਰ ਦਿੱਤਾ ਜਾਂਦਾ ਪਰ ਮੈਂ ਇਹ ਕਹੂੰਗਾ ਜਿਹੜਾ ਬੰਦਾ ਸੱਚ ਬੋਲਦਾ ਉਹ ਆਪਣੀ ਪਾਰਟੀ ਦਾ ਵਫਾਦਾਰ ਉਹ ਸ਼ੀਸ਼ਾ ਦਿਖਾਉਂਦਾ ਵੀ ਅਸਲ ਚ ਤਰਾਤਲ ਦੇ ਕੀ ਹੋ ਰਿਹਾ ਅਸਲ ਚ ਗਰਾਊਂਡ ਰਿਐਲਿਟੀ ਕੀ ਹੈ ਮੈਂ ਕਹਿੰਦਾ ਉਹ ਬੰਦਾ ਸੱਚਾ ਹੁੰਦਾ ਵਾ ਪਰ ਇੱਥੇ ਉਲਟ ਕੰਮ ਚੱਲਦਾ ਕੋਈ ਵੀ ਪੋਲੀਟੀਕਲ ਪਾਰਟੀ ਦਾ ਕੋਈ ਬੰਦਾ ਸੱਚਾ ਬੋਲਦਾ ਵਾ ਉਹਨੂੰ ਕੱਢ ਦਿੰਦੇ ਨੇ ਤੁਹਾਨੂੰ ਵੀ ਜਿਹੇ ਡਰਨੇ ਵੀ ਤੁਹਾਨੂੰ ਕੱਢ ਦੇਖੋ ਬਹੁਤ ਵਧੀਆ ਗਏ ਜਿਹੜਾ ਸੱਚ ਬੋਲਦਾ ਨਾ ਉਹਦਾ ਐਂਡ ਮਾੜਾ ਹੀ ਹੁੰਦਾ ਬਾਕੀ ਐਂਡ ਮਾੜਾ ਹੁੰਦਾ ਉਹਦੇ ਲਈ ਪਰਮਾਤਮਾ ਹੁੰਦਾ ਇਹ ਗੱਲ ਸੁਣੋ ਜੀ ਵਾਕਈ ਗੱਲ ਤੁਸੀਂ ਐ ਮੈਂ ਤੁਹਾਨੂੰ ਕਹਿ ਤਾ ਰਿਹਾ ਅੱਜ ਇਨਸਾਨੀਅਤ ਕਿੱਥੇ ਐ ਐਮਐਲਏ ਦੀ ਐਮਪੀ ਦੀ ਇਨਸਾਨੀਅਤ ਕਿੱਥੇ ਜੀ ਕਿਉਂ ਨਹੀਂ ਬੋਲਦੇ ਸਤੀਫੇ ਦਿਓ ਜੀ ਅੱਜ ਅਸੀਂ ਪਬਲਿਕ ਦਾ ਖੂਨ ਕਿਉਂ ਚੋਸ ਰਹੇ ਨੇ ਫਿਰ ਕਹਿ ਦੇਣਗੇ ਯਾ ਜਦੋਂ ਦਾ ਇਲੈਕਸ਼ਨ ਆਪਣਾ ਕਿਸਾਨ ਧੰਨੇ ਦੇ ਬੈਠੇ ਉਸ ਤੋਂ ਬਾਅਦ ਰੇਟ ਵਧ ਗਏ ਜੀ ਫਿਰ ਉੱਥੇ ਆ ਜਾਂਦੇ ਨੇ ਅੱਜ ਤਾਂ ਕਿਸਾਨ ਕਹਿ ਰਹੇ ਨੇ ਅਡਾਨੀ ਅੰਬਾਨੀ ਕੋਲ ਅਸੀਂ ਬਿਗ ਗਏ ਕਲਾਮ ਪਬਲਿਕ ਕਹੋਗੇ ਜੀ ਜੀ ਜਿਸ ਨੂੰ ਮੈਂ ਮੋਦੀ ਸਾਹਿਬ ਨੂੰ ਕਹਿ ਰਿਹਾ ਲੋਕੀ ਤੁਹਾਨੂੰ ਬਦਨਾਮ ਕਰਨਾ ਚਾ ਰਹੇ ਨੇ ਜੀ ਇਸ ਚੀਜ਼ਾਂ ਦਾ ਤਾਂ ਉੱਤਰ ਦਿਓ ਨਾ ਅੱਜ ਇਹ ਤੇਲ ਕਿੱਥੇ ਹੈ ਮਹਿੰਗਾਈ ਕਿੱਥੇ ਹੈ ਇਸ ਗੈਸ ਸਿਲੰਡਰ ਕਿੱਥੇ ਹੈ ਮੋਦੀ ਸਾਹਿਬ ਜਿਹੜੀ ਵਧੀਆ ਇੰਜ ਜਾ ਕੇ ਪੁੱਛੋ ਹਾਲ ਕੀ ਹੈ ਸਾਨੂੰ ਗੱਲਾਂ ਅਗਲੇ ਜਰ ਫੋਨ ਕਰਦੇ ਆ ਨਾ ਸਾਨੂੰ ਰੋਣਾ ਆਉਂਦਾ ਆਪਣੀਆਂ ਸਿਹਦਾਸ ਦੇ ਜੀ ਇੱਥੇ ਤੱਕ ਦਾ ਹਾਲ ਹੈਗਾ ਇਨਸਾਨੀਅਤ ਵੇਚਦੀ ਆਪਣਾ ਜਿਸਮ ਤੱਕ ਵੇਚ ਕੇ ਪਰਿਵਾਰ ਕੇ ਆਪਣਾ ਬੱਚਿਆਂ ਨੂੰ ਰੋਸਨ ਦੇ ਰਹੇ ਇਸ ਤੋਂ ਵੱਧ ਕੇ ਕੀ ਹੋਰ ਹਾਲਾਤ ਮਾੜੇ ਆਉਣਗੇ ਗੱਲ ਸਾਹਿਬ ਇਹੀ ਇਹਨਾਂ ਕੁ ਸਵਾਲ ਹੋਰ ਜੋੜੂੰਗਾ ਇਹ ਪਹਿਲਾਂ ਤਾਂ ਮਹਿੰਗਾਈ ਦੀ ਗੱਲ ਆ ਗਈ ਕਿਸਾਨੀ ਮੁੱਦਾ ਆ ਗਿਆ ਹੁਣ ਇੱਕ ਨਵਾਂ ਮੁੱਦਾ ਛੜਿਆ ਲੋਕਤੰਤਰ ਨੂੰ ਬਚਾਉਣ ਦਾ ਸੋ ਖਬਰ ਮਿਲੀ ਹੈ ਵੀ 26 ਫਰਵਰੀ ਨੂੰ ਦੇਸ਼ ਭਰ ਦੇ ਵਪਾਰੀ ਤੁਸੀਂ ਵੀ ਵਪਾਰੀਓ ਸ਼ਹਿਰੀ ਹੈਗੇ ਹੋ ਦੇਸ਼ ਭਰ ਦੇ ਵਪਾਰੀ ਭਾਰਤਵੰਦ ਦਾ ਸੱਦਾ ਦੇ ਰਹੇ ਨੇ ਕੀ ਤੁਹਾਨੂੰ ਲੱਗਦਾ ਜਿਹੜਾ ਭਾਰਤਵੰਦ ਦਾ ਸੱਦਾ ਦਿੱਤਾ ਇਹ ਰਿਹਾ EVM ਦੇ ਉੱਤੇ ਖਾਸ ਤੌਰ ਤੇ ਉਹ ਦੇ ਰਹੇ ਨੇ ਵੀ ਲੋਕਤੰਤਵ ਨੂੰ ਬਚਾਉਣ ਦੀ ਲੋੜ ਆ ਲੋਕਤੰਤਵ ਸਾਡਾ ਖਤਰੇ ਵਿੱਚ ਆ ਗੱਲਾਂ ਹੁਣ ਇੱਥੋਂ ਤੱਕ ਨਹੀਂ ਲੋਕਤੰਤਵ ਨੂੰ ਬਚਾਉਣ ਤੱਕ ਦੀਆਂ ਆ ਗਈਆਂ ਜੀ ਦੇਖੋ ਲੋਕਤੰਤਵ ਨੂੰ ਕੁਝ ਨਹੀਂ ਹੋਇਆ ਵਿਪੱਖ ਦਾ ਮੁੱਦਾ ਹੈ ਵਿਪੱਖ ਇਹਦੇ ਵਿੱਚ ਕੋਈ ਸੱਕ ਨਹੀਂ ਮੈਂ ਤੁਹਾਨੂੰ ਦੱਸਦਾ ਮਹਿੰਗਾਈ ਤਾਂ ਚਰਮ ਸੀਮਾ ਤੇ ਆ ਗਈ ਇਹ ਸੋਚਣਾ ਕੇਂਦਰ ਸਰਕਾਰ ਦਾ ਕੰਮ ਹੈ ਕਿਸੇ ਦਾ ਨਹੀਂ ਹੈ ਤੇਰੇ ਹੀ ਹੈ ਬੰਦ ਨਾਲ ਬੰਦ ਨਾਲ ਤਾਂ ਨੁਕਸਾਨ ਹੀ ਹੋਊਗਾ ਸਮੱਸਿਆ ਆਇਆ ਹੈ ਨਾ ਮੈਂ ਤੁਹਾਨੂੰ ਦੱਸਿਆ ਜਿਹੜੀ ਪਾਰਟੀਆਂ ਬੰਦ ਬੁਲਾ ਰਹੀਆਂ ਨੇ ਠੀਕ ਹੈ ਨਾ ਬੰਦਾ ਹਵਾਨ ਨਹੀਂ ਹੋਣਾ ਚਾਹੀਦਾ ਹੈਗਾ ਅੱਗੇ بڑا ਇੰਡੀਆ ਦਾ ਨੁਕਸਾਨ ਹੋ ਰਿਹਾ ਹੈਗਾ ਲੋਕਡਾਊਨ ਨੇ ਕੀਤਾ ਬੰਦ ਕਰਕੇ ਤਾਂ ਬੇੜਾ ਗੜਾ ਖੋ ਜਾਣਾ ਜਿਹੜੇ ਪਾਰਟੀ ਦੇ ਮੇਨ ਲੀਡਰ ਨੇ ਦੇਣ ਅਸਤੀਫੇ ਹੈ ਕਿੱਥੇ ਜਾਣਗੇ ਕੇਂਦਰ ਸਰਕਾਰ ਮੈਂ ਤਾਂ ਕਹਿੰਦਾ ਬੀਜੇਪੀ ਵਾਲੇ ਵੀ ਨਾਲ ਬੈਠ ਕੇ ਦੇਣ ਯਾ ਮੈਂ ਤੁਹਾਨੂੰ ਅੱਜ ਬੀਜੀਪੀ ਆਲੇ ਨੂੰ ਐਮਪੀ ਨੂੰ ਐਮਐਲਏ ਨੂੰ ਇਹ ਪੁੱਛਣਾ ਚਾ ਰਿਹਾ ਜਿਹੜੀ ਇਹ ਮਹਿੰਗਾਈ ਵਧ ਰਹੀ ਹੈ ਇਹ ਸਹੀ ਹੈ ਜਵਾਬ ਦਿਓ ਜੇ ਤੁਹਾਡੇ ਦੇ ਅੰਦਰ ਤੁਹਾਡੇ ਬਿਲਕੁਲ ਇਨਸਾਨ ਨੇ ਇਤਨਾਤੇ ਹੈ ਦਿਓ ਸ티브 ਜੀ ਸਰਕਾਰ ਤਾਈ ਤਾਈ ਪੁੱਛੂਗੀ ਤਾਈ ਤੁਹਾਨੂੰ ਦੱਸੂਗੀ ਤਾਈ ਮੋਦੀ ਸਾਹਿਬ ਦੱਸਣਗੇ ਤਾਈ ਸਾਡੇ ਵਿੱਤ ਮੰਤਰੀ ਖਾਦਿਆ ਮੰਤਰੀ ਕਿੱਥੇ ਸੁੱਤੇ ਪਏ ਨੇ ਜੀ ਅੱਜ ਸਾਡੀ ਸਰਕਾਰ ਬਦਨਾਮ ਅਡਾਨੀ ਅੰਬਾਨੀ ਕਿਉਂ ਹੋ ਰਹੀ ਹੈ ਜਵਾਬ ਦਿਓ ਜੀ ਆ ਕੇ ਜਵਾਬ ਦਿਓ ਮੀਡੀਆ ਤੇ ਜਵਾਬ ਦਿਓ ਚੈਨਲ ਜਿੰਨੇ ਵੀ ਸਾਡੇ ਹੈਗੇ ਰਾਸ਼ਟਰੀ ਚੈਨਲ ਜਵਾਬ ਦਿਓ ਆ ਕੇ ਕਿਉਂ ਨਹੀਂ ਅਸਤੀਫਾ ਦੇ ਦਦੇ ਹੋ ਆਖਰੀ ਸਵਾਲ ਲਵਾਂਗਾ ਅੱਜ ਨਤੀਜੇ ਆਏ ਨੇ ਨਗਰ ਨਗਰ ਦੀਆਂ ਚੋਣਾਂ ਦੇ ਨਗਰਪਾਲਿਕਾ ਕੋਈ ਨਗਰ ਪੰਚਾਇਤ ਸੀ ਕਿਤੇ ਵੱਖ-ਵੱਖ ਸਥਾਨ ਤੋਂ ਚੋਣ ਨਤੀਜੇ ਆਏ ਨੇ ਸੋ ਕੁਛ ਨਾ ਕੁਛ ਜਿਵੇਂ ਕਹਿੰਦਾ ਸੀ ਬੀਜੇਪ ਨੂੰ ਵੋਟ ਨਹੀਂ ਪੈਣੀ ਹੈਗੀ ਕੁਝ ਨਾ ਕਿਤੇ ਮੇਰੇ ਹਿਸਾਬ ਨਾਲ ਵੀ ਜੋ ਮੇਰੀ ਕੈਲਕੂਲੇਸ਼ਨ ਆਈ 8 ਤੋਂ 10 ਸੀਟਾਂ ਸ਼ਾਇਦ ਆਲਓਵਰ ਪੰਜਾਬ ਤੋਂ ਬੀਜੇਪ ਨੂੰ ਮਿਲੀਆਂ ਨੇ ਇਹ ਬੀਜੇਪ ਲਈ ਚੰਗਾ ਸੰਕੇਤ ਹੈ ਜਾਂ ਮਾੜਾ ਸੰਕੇਤ ਹੈ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਦੇਖੋ 8 10 ਜਿਹੜੀ ਸੀਟਾਂ ਮਿਲਿਆ ਸੰਕੇਤ ਤਾਂ ਮ ਉਹਦੇ ਮਾੜਾ ਵੀ ਹੈ ਨਹੀਂ ਵੀ ਹੈ ਨਹੀਂ ਕਿਉਂ ਹੈ ਕਿਉਂਕਿ ਤੁਸੀਂ ਹਾਲਾਤ ਦੇਖੇ ਕੀ ਹਾਲ ਹੈ ਉਸ ਤੋਂ ਬਾਅਦ ਜਦੋਂ ਵੋਟਾਂ ਪਈਆਂ ਜਿਹੜੀ ਆਪਣੀ ਰਾਜੇ ਸਰਕਾਰ ਸੀ ਜੋ ਕੁਝ ਹੋਇਆ ਮੈਂ ਮੂੰਹ ਨਹੀਂ ਕਹਿਣਾ ਜਾਂਦਾਗਾ ਮੇਰੀ ਤਾਂ ਸਾਰੀ ਸਰਕਾਰਾਂ ਜਿੰਨੇ ਵੀ ਰਾਜੇ ਸਰਕਾਰਾਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਆਪਣੀ ਸਰਕਾਰ ਚੁਣ ਲਈ ਹੈ ਜਿਵੇਂ ਪੰਜਾਬ ਚ ਕੈਪਟਨ ਸਾਹਿਬ ਦੀ ਹੈ ਉਸ ਤੋਂ ਬਾਅਦ ਕਾਰਪੋਰੇਸ਼ਨ ਦੇ ਆ ਜਿਹੜੇ ਨਗਰ ਨਿਕਾਈ ਛੋਟੀਆਂ ਹੋਈਆਂ ਪੰਚਾਇਤਾਂ ਦੇ ਇਹ ਚੋਣਾਂ ਨਹੀਂ ਹੋਣਾ ਚਾਹੀਦਾ ਇਹ ਸੀ ਅਰਬਾਂ ਖਰਬਾਂ ਰੁਪਈਆ ਦਾ ਬੇੜਾਗਰਾ ਕਰਦੇ ਆ ਆਪਸੀ ਦੁਸ਼ਮਣੀ ਵਧਾਉਂਦੇ ਆ ਜਿਹਦੀ ਸਰਕਾਰ ਹੈ ਕਾਰਪੋਰੇਸ਼ਨ ਵੀ ਪੰਚਾਇਤਾਂ ਵੀ ਨਗਰਪਾਲਿਕਾ ਵੀ ਜੋ ਕੁਝ ਹੈ ਉਹੀ ਸਰਕਾਰ ਦਾ ਹੋਣਾ ਚਾਹੀਦਾ ਕਿਉਂਕਿ ਮੈਂ ਵੀ ਇਲੈਕਸ਼ਨ ਲੜਿਆ ਹੈਗਾ ਮੈਂ ਜਿੱਥੇ ਲੱਗੀ ਉਸ ਤੋਂ ਬਾਅਦ ਸਾਡੀਆਂ ਖੁੰਦਕਾ ਹੱਲੇ ਕਿ ਸਾਡਾ ਪਿਆਰ ਸੀਗਾ ਖੁੰਦਕਾ ਵਧ ਗਈਆਂ ਤੇ ਇਸ ਕਰਕੇ ਮੇਰੀ ਸਾਰੀ ਮੈਂ ਤਾਂ ਜਿੰਨੀ ਵੀ ਸਰਕਾਰਾਂ ਨੇ ਜਾਂ ਸਾਡੀ ਕੇਂਦਰ ਸਰਕਾਰ ਇਸ ਚੀਜ਼ ਤੇ ਮਤਾ ਪਾਸ ਹੋਣਾ ਚਾਹੀਦਾ ਜਿੱਥੇ ਜਿਹੜੀ ਸਰਕਾਰ ਹੈ ਉਹਦੀ ਕਾਰਪੋਰੇਸ਼ਨ ਹੋਣੀ ਚਾਹੀਦੀ ਉਹਦੀ ਪੰਚਾਇਤ ਅਸੀਂ ਐਨਜੀਓ ਤੇ ਲੈ ਕੇ ਦੁਬਾਰਾ ਸਵਾਲ ਆਪਾਂ ਖਤਮ ਕਰਾਂਗੇ ਤੁਸੀਂ ਐਨਜੀਓ ਚੱਲ ਸਮਾਜ ਸੇਵਾ ਕਰ ਰਹੇ ਹੋ ਇਹ ਦੱਸੋ ਵੀ ਕੋਈ ਧਾਰਮਿਕ ਸਥਾਨ ਨੂੰ ਦਾਣ ਦੇਣਾ ਸਭ ਤੋਂ ਜ਼ਰੂਰੀ ਹੈ ਜਾਂ ਕੋਈ ਲੋੜਵੰਦ ਬੰਦੇ ਨੂੰ ਕਿਉਂ ਸਮਾਨ ਜਿਹੜਾ ਜ਼ਰੂਰੀ ਹੈ ਕੋਈ ਅਸੀਂ ਆਮ ਦੇਖਦੇ ਹਾਂ ਇੱਕ ਪਾਸੇ ਲੋਕ ਬਿਨਾਂ ਸ਼ੱਦ ਤੋਂ ਸੜਕਾਂ ਉੱਤੇ ਸੁੱਤੇ ਹੋਏ ਨੇ ਕੋਈ ਭੁੱਖਾ ਸੌਂਦਾ ਸਾਡੇ ਇੱਥੇ ਧਾਰਮਿਕ ਸਥਾਨ ਕਿੱਥੋਂ ਤੋਂ ਕਿੱਥੇ ਪਹੁੰਚ ਗਏ ਨੇ ਕਿਵੇਂ ਦੇਖਦੇ ਤੁਸੀਂ ਕੀ ਜ਼ਰੂਰੀ ਹੈ ਸਭ ਤੋਂ ਦੇਖੋ ਤੁਹਾਨੂੰ ਮੈਂ ਦੱਸ ਦਵਾਂ ਧਾਰਮਿਕ ਸਥਾਨਾਂ ਦਾ ਹਾਲ ਮੈਂ ਧਾਰਮਿਕ ਵੀ ਹੈਗਾ ਜੀ ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਆਤਮਨਗਰ ਜਿਹੜੀ ਦੁਗਰੀ ਤੋਂ ਸ਼ੋਭਾ ਯਾਤਰਾ ਉਹਦਾ ਸੰਚਾਲਕ ਹੈ ਜੀ ਉਹਦੀ ਸ਼ੁਰੂਆਤ ਮੈਂ ਕੀਤੀ ਸੀਗੀ ਪੰਜਾਬ ਲੈਵਲ 'ਚ ਬੀਦੀ ਸਾਹਿਬ ਤੋਂ ਬਾਅਦ ਜੀ ਸ੍ਰੀ ਗਣੇਸ਼ ਜੀ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਲੋਕਡਾਊਨ 'ਚ ਮੈਂ ਤੁਹਾਨੂੰ ਗੱਲ ਕੀਤੀ ਨਾ ਪਰਮਾਤਮਾ ਨੇ ਚਪੇੜ ਮਾਰੀ ਹੈ ਨਾ ਠੀਕ ਹੈ ਨਾ ਸਭ ਤੋਂ ਪਹਿਲਾਂ ਤੁਹਾਡਾ ਕਰਮ ਹੈ ਜੀ ਤੁਸੀਂ ਕਹਿੰਦੇ ਮੰਦਰ ਤੁਸੀਂ ਮੰਦਿਰ ਚ ਕਰੋੜਾਂ ਰੁਪਇਆ ਗੁਰਦੁਆਰੇ ਮਸਜਿਦ ਚਰਚੀ ਜਿੱਥੇ ਮਰਜੀ ਕਰੋੜਾਂ ਰੁਪਇਆ ਦਾ ਉਹ ਲੇਖੇ ਨਹੀਂ ਲੱਗਣਾ ਤੁਹਾਡਾ ਲੇਖੇ ਤੁਹਾਡਾ ਉਹ ਰੁਪਇਆ ਲੱਗਣਾ ਜਿਹੜਾ ਕਿਸੇ ਜ਼ਰੂਰਤਵੰਦ ਦਾ ਬੇਸਹਾਰਾ ਦਾ ਤੁਸੀਂ ਸਾਰਾ ਬਣਾਉਂਗੇ ਭਾਵੇਂ ਤੁਹਾਡਾ 10 ਰੁਪਏ ਵੀ ਕਿਸੇ ਨੂੰ ਤੁਸੀਂ ਇਹੋ ਜਿਹੇ ਨੂੰ ਕਿਸੇ ਗਰੀਬ ਦੇ ਬੱਚੇ ਨੂੰ ਜ਼ਰੂਰਤਵੰਦ ਦੇ ਬੱਚੇ ਨੂੰ ਕਾਪੀ ਪੈਨਸਲ ਆ ਉਹ ਉਹ ਤੁਹਾਡਾ ਪਰਮਾਤਮਾ ਮੈਨੂੰ ਦੱਸ ਦੋਵੇ ਜਿੰਨੀ ਵੀ ਸਾਡੀ ਧਰਮ ਨੇ ਜੀ ਕਿਹੜੇ ਧਰਮ ਦੀ ਕਿਤਾਬ ਚ ਲਿਖਿਆ ਉੱਪਰ ਵਾਲੇ ਨੇ ਪਰਮਾਤਮਾ ਨੇ ਜੀ ਕਿ ਆ ਲਿਖਿਆ ਹੈਗਾ ਤੂੰ ਮੇਰੀ ਸੇਵਾ ਕਰ ਮੇਰਾ ਘਰ ਬਣਾ ਉਹ ਕਹਿੰਦਾ ਪ੍ਰਮਾਤਮਾ ਨੇ ਇਹ ਸਾਨੂੰ ਕਿਹਾ ਕਿ ਇਨਸਾਨ ਤੈਨੂੰ ਮੈਂ ਇਨਸਾਨ ਬਣਾ ਕੇ ਭੇਜ ਰਿਹਾ ਜਾਤ ਪੱਤਾ ਤਾਂ ਬਾਅਦ ਚ ਬਣਿਆ ਨਾ ਤੈਨੂੰ ਮੈਂ ਆਪਣੀ ਸੇਵਾ ਲਈ ਨਹੀਂ ਜਿਹੜੇ ਮੈਂ ਇਨਸਾਨ ਬਣਾਏ ਨੇ ਕਰਮ ਉਹਨਾਂ ਨੂੰ ਕਰਮ ਦਿੱਤੇ ਨੇ ਤੂੰ ਉਹਨਾਂ ਦੀ ਸੇਵਾ ਕਰ ਉਸੇ ਦੂਸਰੇ ਪਾਸੇ ਬੈਗੇ ਵਿਚੇ ਮੈਂ ਵੀ ਆਗਾ ਉੱਥੇ ਤਾਂ ਮੈਂ ਵੀ ਗਲਤੀ ਹੈਗਾ ਹਾਂ ਧਰਮ ਦੀ ਸੇਵਾ ਕਰੋ ਧਰਮ ਬੁਰਾ ਕੋਈ ਨਹੀਂ ਹੈਗਾ ਧਰਮ ਪੜਾ ਇੱਕੋ ਹੀ ਪੜਾਉਂਦਾ ਹੈਗਾ ਧਰਮ ਦੀ ਸੇਵਾ ਧਰਮ ਨਾਲ ਕਰਮ ਕਰੋ ਜਿੰਨੀਆਂ ਸੰਸਥਾ ਨੇ ਦੇਖੋ ਸਾਡੇ ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਬਾਬੇ ਨਾਨਕ ਜੀ ਨੇ ਲੰਗਰ ਚਲਾਇਆ ਸੀ 20 ਰੁਪਏ ਦਾ ਅੱਜ ਵੀ ਚੱਲਦਾ ਜੀ ਉਸ ਤੋਂ ਬਾਅਦ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪਾਠ ਪੜਾਤਾ ਜੀ ਗੁਰੂ ਮਾਨੀਓਗਰ ਸਾਰਾ ਕੁਝ ਉੱਥੇ ਸੀਗਾ ਸਾਰਾ ਕੁਝ ਕੀਤਾ ਉਹਨੇ ਤਾਂ ਪਾਠ ਬੜਾ ਵਧੀਆ ਪੜਾਇਆ ਵੰਡਤਾ ਸੀ ਆਪ ਆਗੇ ਅਸੀਂ ਸਾਡੇ ਕੱਟੜਵਾਦ ਤਾਂ ਨੇ ਪਾਤੀ ਸਾਡੇ ਪੋਲਿਟਿਸ ਇਹਨਾਂ ਨੇ ਪਾਤੀ ਜੀ ਬਿਲਕੁਲ ਕਿਹੜੀ ਕਿਤਾਬ 'ਚ ਲਿਖਿਆ ਹੈਗਾ ਧਰਮ ਕਰੋ ਧਰਮ ਨਾਲ ਦੇਖੋ ਗੁਰਦੁਆਰੇ ਦੀ ਬੜੀ ਸੇਵਾ ਹੁੰਦੀ ਹੈ ਅੱਜ ਬੜੇ ਮਨ ਦੁਖੀ ਨਾਲ ਲਗਾਵਾਂਗਾ ਸਾਡੇ ਜਿਹੜੇ ਹਿੰਦੂ ਸਮਾਜ ਹੈ ਨਾ ਉਹਦੇ ਚ ਸੇਵਾ ਭਾਵਨਾ ਸਿਖਾਇਆ ਜੀ ਸਾਨੂੰ ਨਾ ਨੋਟ ਜੋੜਨੇ ਸਿਖਾਉਂਦੇ ਵਧੀਆ ਵਧੀਆ ਇਮਾਰਤਾਂ ਕੰਨੀਆਂ ਸਿਖਾਉਂਦੇ ਤੇ ਕਿੰਤੂ ਪਰੰਤੂ ਉਹ ਸੋਚਦਾ ਕੋਈ ਜਾਵੇ ਮੈਨੂੰ ਕੋਈ ਡਰਨੀ ਮੈਂ ਜਿਹੜੇ ਅਸਲਤ ਹੈ ਮੰਦਰ ਗੁਰਦੁਆਰੇ ਮਸਜਿਦ ਸਾਰਾ ਕੁਝ ਬੰਦੇ ਨੇ ਬਣਾਓ ਔਰ ਬੜੇ ਕੁਝ ਬਣ ਚੁੱਕੇ ਨੇ ਜੀ ਠੀਕ ਹੈ ਕਿ ਨਹੀਂ ਉਹਨਾਂ ਚ ਜਾਓਗੇ ਮੰਦੀ ਸ਼ਾਂਤੀ ਮੋਕਸ਼ ਨਹੀਂ ਮੋਕਸ ਤੁਹਾਡੇ ਕਰਮ ਨੇ ਦਵਾਣਾ ਤੁਹਾਨੂੰ ਇਹ ਗੱਲ ਦੱਸ ਦੂਆ ਜੇ ਅਜੋਨ ਸੰਸਥਾਵਾਂ ਚ ਬੱਚਿਆਂ ਨੂੰ ਪੜਾਓ ਸਿਲਾਈ ਸੈਂਟਰ ਆਣ ਨਾਲੀ ਪੀੜੀ ਮੰਦਰ ਗੁਰਦੁਆਰੇ ਮੱਝ ਜਿੰਨੇ ਵੀ ਧਾਰਮਿਕ ਇਸਤਲਾਚੇ ਤਾਂ ਜਾਇਆ ਕਰਨਗੇ ਆ ਜੇ ਉਹਨਾਂ ਚ ਕਿਸੇ ਬੇਸਾਰਾ ਜਾਂ ਜ਼ਰੂਰਤਬੰਦ ਲਈ ਕੋਈ ਸਾਧਨ ਹੋਊਗਾ ਪੜਾਇਆ ਜਾਊਗਾ ਦਵਾਈ ਦਵਾਈ ਜਾਊਗਾ ਕਈ ਗੁਰਦੁਆਰੇ ਮੰਦਰ ਨੇ ਖੋਲੇ ਹੋਏ ਨੇ ਇਹ ਨਹੀਂ ਹੈਗਾ ਨਹੀਂ ਖੋਲੇ ਆਗੇ ਸਮਾਜ ਚ ਸਾਰਾ ਕੁਝ ਹੈ ਬਾਕੀ ਹੱਤੋਂ ਜ਼ਿਆਦਾ ਹੈਗੇ ਕਈਆਂ ਨੇ ਬਿਜ਼ਨਸ ਬਣਾ ਲਏ ਟਰਸਟੀ ਬਣਾ ਲੈਂਦੇ ਨੇ ਰੁਪਈਏ ਖਾਈ ਜਾਂਦੇ ਨੇ ਆਪਣੇ ਕਾਰੋਬਾਰ ਚ ਚਲਾਈ ਜਾਣਗੇ ਜੀ ਹੁਣ ਤਾਂ ਸੁਧਰ ਜਾਓ ਆ ਲੋਕਡਾਊਨ ਨੇ ਤੁਹਾਨੂੰ ਬੜਾ ਕੁਝ ਪਰਮਾਤਮਾ ਨੇ ਸਿਖਾਤਾ ਸਾਰੇ ਧਾਰਮਿਕ ਸੰਸਥਾਵਾਂ ਦੇ ਤਾਲੇ ਵੀ ਬੰਦ ਕਰਤੇ ਉਹ ਮੇਰੇ ਮੇਰੇ ਜਿੰਨੇ ਵੀ ਸੱਜਣ ਆਗੇ ਦੇਸ਼ ਵਾਸੀਓ ਸਮਝ ਜਾਓ ਉਤਲਮ ਨਾਲ ਜੁੜੋ ਜਾਓ ਧਰਮ ਚ ਤੁਹਾਨੂੰ ਮਿਲੂਗਾ ਸ਼ਾਂਤੀ ਮਿਲੂਗੀ ਬਾਕੀ ਕਰਮ ਜਦ ਤੱਕ ਕਰਮ ਨਹੀਂ ਮਿਲਨੇ ਤੇ ਤੁਹਾਨੂੰ ਮੋਕਸ਼ ਨਹੀਂ ਮਿਲਣਾ ਸਾਰਾ ਕੁਝ ਤੁਹਾਡਾ ਕੀਤਾ ਕਰਾਇਆ ਅਰਬਾਂ ਖਰਬਾ ਰੁਪਈਆ ਭਾਵੇਂ ਦਾਨ ਚ ਦੇ ਦਿਓ ਪਰ ਮਾਤਮ ਨੇ ਕਿਹਾ ਚੱਲ ਤੂੰ ਕਰਮ ਨਹੀਂ ਕਰਕੇ ਆ ਫਿਰ ਥੱਲੇ ਚੱਲ ਜੀ ਬਹੁਤ ਬੋਤਾਂ ਦਾ ਸੋ ਇਹ ਸੰਦੀਪ ਗਰਗ ਜਿਨ੍ਹਾਂ ਨੇ ਸਮਾਜ ਸੇਵਾ ਨੂੰ ਲੈ ਕੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਇੱਕ ਮੈਂ ਕਹਿ ਸਕਦਾ ਅਦੂਰੰਦੇਸ਼ੀ ਸੋਚ ਵਾਲੇ ਦੀਪਕ ਗਰਗ ਹੈਗੇ ਨੇ ਜਿਨ੍ਹਾਂ ਨੇ ਸਮਾਜ ਸੇਵਾ ਨੂੰ ਲੈ ਕੇ ਇੱਕ ਟਕਸ਼ ਵੀ ਕੀਤਾ ਵੀ ਸਾਨੂੰ ਕਰਮ ਕਰਨਾ ਚਾਹੀਦਾ ਵਾ ਕਰਮ ਕਰਨ ਦੇ ਨਾਲ ਹੀ ਸਾਡੇ ਦੇ ਜਿਹੜੀ ਮਨ ਦੀ ਸ਼ਾਂਤੀ ਵੀ ਹੋਏਗੀ ਤੇ ਸਾਨੂੰ ਮੋਕਸ਼ ਵੀ ਪ੍ਰਾਪਤ ਹੋਏਗਾ ਸੋ ਦੂਜੇ ਪਾਸੇ ਭਾਜਪਾ ਸਰਕਾਰ ਦੇ ਵਿੱਚ ਭਾਜਪਾ ਦੇ ਖੁੱਦੇ ਇਹ ਆਗੂ ਹੈਗੇ ਨੇ ਬੀਜੇਪੀ ਸਰਕਾਰ ਨੂੰ ਤਾੜਨਾ ਵੀ ਕੀਤੀ ਹੈ ਕਿਉਂਕਿ ਇੱਕ ਸੱਚੇ ਵਰਕਰ ਹੋਣ ਦੇ ਨਾਤੇ ਸੱਚਾ ਨੇਤਾ ਹੋਣ ਦੇ ਨਾਤੇ ਬੀਜੇਪੀ ਨੂੰ ਅੱਜ ਦੀਪਕ ਗਰਗ ਹੋਰਾਂ ਨੇ ਸ਼ੀਸ਼ਾ ਦਿਖਾਇਆ ਵੀ ਬੀਜੇਪੀ ਰਹਿੰਦੇ ਜਾਗ ਜਵੇ ਉਸ ਦੇ ਵਿੱਚ ਦੇਸ਼ ਦਾ ਵੀ ਭਲਾ ਹੈ ਪੰਜਾਬ ਦਾ ਵੀ ਭਲਾ ਹੈ ਤੇ ਭਾਜਪਾ ਦਾ ਵੀ ਭਲਾ ਹੈ ਮੈਂ ਇੰਦਰਪਾਲ ਸਿੰਘ ਤੁਨਾ ਕੈਮਰਾਮੈਨ ਅਮਰਪਾਲ ਸਿੰਘ ਨਾਲ ਦੇਖੀਦਿਰੋ ਪ੍ਰਾਈਮੋ ਦੇ ਸਸਿਕਲ